ਹਾਂਜੀ ਸਤਿ ਸ਼੍ਰੀ ਅਕਾਲ ਬਾਇਨਰੀ ਸੈਕਟਰ ਦੇ ਪਲੇਟਫਾਰਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਾਂ ਪ੍ਰੀਵੀਅਸ ਈਅਰ ਕੁਐਸਚਨ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ ਮੇਨਲੀ ਹਾਈ ਲੈਵਲ ਦੇ ਕੁਐਸਚਨ ਨੇ ਜਿਹੜੇ ਇਹ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ ਸਬ ਇੰਸਪੈਕਟਰ ਹੈੱਡ ਕਨਸਟੇਬਲ ਇੰਟੈਲੀਜੈਂਸ ਕਨਸਟੇਬਲ ਸੋ ਇੰਸਪੈਕਟਰ ਤੇ ਐਸਆਈ ਦਾ ਹੋ ਸਕਦਾ ਪਹਿਲੀ ਵਾਰੀ ਪੇਪਰ ਹੋਵੇ ਹੈਨਾ ਸੋ ਇਹਨਾਂ ਦਾ ਲੈਵਲ ਤਾਂ ਓਬਵੀਅਸ ਹੈ ਇਹਨਾਂ ਦੇ ਵਰਗਾ ਜਾਂ ਇਹਨਾਂ ਤੋਂ ਜ਼ਿਆਦਾ ਹੀ ਹੋ ਸਕਦਾ ਕਿਉਂਕਿ ਪੋਸਟਾਂ ਥੋੜੀਆਂ ਜੀਆਂ ਆਪਾਂ ਨੂੰ ਲੱਗਦਾ ਵੀ ਵੱਡੀਆਂ ਨੇ ਨਾ ਇਹ ਸੋ ਪੁਰਾਣੇ ਆਪਾਂ ਕੁਐਸਚਨ ਡਿਸਕਸ ਕਰਾਂਗੇ ਕੰਪਿਊਟਰ ਦੇ ਹੈੱਡ ਕਨਸਟੇਬਲ ਦੇ ਪਹਿਲਾਂ ਡਿਸਕਸ ਕਰਾਂਗੇ ਫਿਰ ਉਸ ਤੋਂ ਬਾਅਦ ਸਬ ਇੰਸਪੈਕਟਰ ਦੇ ਠੀਕ ਹੈ ਸੋ ਆਲਰੇਡੀ ਆਪਾਂ ਦੋ ਪਾਰਟ ਨੇ ਜਿਹੜੇ ਇਸ ਸੀਰੀਜ਼ ਦੇ ਵਿੱਚ ਦੇਖ ਚੁੱਕੇ ਹਾਂ ਦੋ ਵੀਡੀਓ ਆਪਾਂ ਪਹਿਲਾਂ ਦੇਖ ਚੁੱਕੇ ਹਾਂ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀਆਂ ਤਾਂ ਉਹਦਾ ਚੈਨਲ ਤੇ ਜਾ ਕੇ ਤੁਸੀਂ ਪਾਰਟ ਕਲਾਸ 1 ਤੇ ਕਲਾਸ 2 ਵੀ ਦੇਖ ਸਕਦੇ ਹੋ ਠੀਕ ਹੈ ਸੋ ਇਹ ਪਾਰਟ 3 ਹੈ ਮੇਨਲੀ ਹਜੇ 12 ਸਤੰਬਰ 2021 ਨੂੰ ਜਿਹੜਾ ਹੈਡ ਕਨਸਟੇਬਲ ਦਾ ਪੇਪਰ ਹੋਇਆ ਸੀ ਉਹਦੇ ਵਿੱਚ ਸੀਗੇ ਜਿਹੜੇ ਵਧੀਆ ਵਧੀਆ ਕਹਿ ਸਕਦੇ ਹਾਂ ਕਿ ਹੈਂਡ ਲੈਵਲ ਦੇ ਸਵਾਲ ਜਿਹੜੇ ਪੁੱਛੇ ਗਏ ਸੀ ਹਨਾ ਸੋ ਲੈਵਲ ਥੋੜਾ ਜਿਹਾ ਵਧਿਆ ਹੀ ਹੁੰਦਾ ਹੈ ਪੇਪਰਾਂ ਦੇ ਵਿੱਚ ਪਰਸਨਲੀ ਮੈਨੂੰ ਥੋੜਾ ਵਧੀਆ ਲੱਗਦਾ ਤੁਹਾਨੂੰ ਤਾਂ ਹੋ ਸਕਦਾ ਲੱਗਦਾ ਹੋਵੇ ਔਖਾ ਥੋੜਾ ਜਿਹਾ ਹਨਾ ਪਰ ਔਖਾ ਨਹੀਂ ਹੈ ਜੇ ਅਸੀਂ ਡਿਟੇਲ ਦੇ ਵਿੱਚ ਚੀਜ਼ਾਂ ਨੂੰ ਪੜ੍ਹਾਂਗੇ ਫਿਰ ਸਾਨੂੰ ਠੀਕ ਲੱਗੂਗਾ ਜਿਵੇਂ ਤੋਂ ਤੋਂ ਜਿਵੇਂ ਪੀਟਰ ਪਲਸ ਵੀ ਦੇ ਵਿੱਚ 2000 ਜਿਹੀਆਂ ਯਾਦ ਕਰਕੇ ਬਾਗੇ 8-9 ਸਵਾਲ ਆ ਗਏ ਉਹ ਗੱਲ ਨਹੀਂ ਬਣਦੀ ਤੇ SI 2023 ਤੁਹਾਨੂੰ ਪਤਾ ਹੀ ਸੀਗਾ ਕਿੰਨਾ ਕਨਸੈਪਚੁਅਲ ਲੈਵਲ ਦਾ ਪੇਪਰ ਸੀ ਬੜੇ ਉਹਦੇ ਵੀ ਸੋਹਣੇ ਕੁਐਸਚਨ ਸੀ ਉਹਦੇ ਚ ਕਰੈਮਿੰਗ ਨਹੀਂ ਚੱਲਦੀ ਰਟਾ ਰਟਾ ਨਹੀਂ ਚੱਲਦਾ ਸੋ ਇਹਦਾ ਤਾਂ ਇੱਕੋ ਹੀ ਤਰੀਕਾ ਕਿ ਡਿਟੇਲ ਦੇ ਵਿੱਚ ਜਿੰਨਾ ਹੋ ਸਕਦਾ ਚੀਜ਼ਾਂ ਨੂੰ ਪੜ੍ਹੀਏ ਸਮਝੀਏ ਤੇ ਫਿਰ ਤੁਹਾਡਾ ਹੋ ਹੀ ਨਹੀਂ ਸਕਦਾ ਵੀ ਕੋਈ ਕੁਐਸਚਨ ਫਾਸਟ ਜੀ ਆਪਣਾ ਸੋ ਉਹਨਾਂ ਦੇ ਉਸੇ ਲੜੀ ਚੋਂ ਆਪਾਂ ਦੇਖ ਰਹੇ ਹਾਂ ਸੋ ਇੱਕ 11ਵਾਂ ਕੁਐਸਚਨ ਸੀਗਾ ਜਿਹੜਾ ਪਾਰਟ 2 ਦੇ ਵਿੱਚ ਆਪਾਂ ਦੇਖਿਆ ਸੀਗਾ ਸੋ ਇਹ ਮੈਂ ਸਮਝਾਤਾ ਸੀ ਪਰ ਮੈਨੂੰ ਪਰਸਨਲੀ ਸਵਾਦ ਜਿਆ ਨਹੀਂ ਆਇਆ ਸੀਗਾ ਨਜ਼ਾਰਾ ਜਿਆ ਨਹੀਂ ਆਇਆ ਸੀਗਾ ਵੀ ਦੁਬਾਰਾ ਦੇਖ ਲੈਣੇ ਆ ਇਹ ਮੈਨੂੰ ਲੱਗਿਆ ਵੀ ਇਹ ਦੁਬਾਰਾ ਕਰਨਾ ਚਾਹੀਦਾ ਹੈ ਵਿੱਚ ਉਹਦੀ ਫੋਲਿੰਗ ਸੌਫਟਵੇਅਰ ਪ੍ਰੋਗਰਾਮ ਇਸ ਯੂਜ਼ਡ ਟੂ ਐਕਸੈਸ ਵੈਬਸਾਈਟ ਔਨ ਦੀ ਇੰਟਰਨੈਟ ਕਹਿੰਦਾ ਹੈ ਲਿਖਿਆਂ ਦੇ ਵਿੱਚੋਂ ਕਿਹੜਾ ਸੌਫਟਵੇਅਰ ਵੈਬਸਾਈਟ ਨੂੰ ਐਕਸੈਸ ਕਰਨ ਲਈ ਵਰਤਿਆ ਜਾਂਦਾ ਹੈ ਇੰਟਰਨੈਟ ਤੋਂ ਵੈਸੇ ਤੁਹਾਨੂੰ ਤਾਂ ਹੋ ਸਕਦਾ ਸਮਝ ਲੱਗਿਆ ਹੋਵੇ ਪਰ ਮੈਨੂੰ ਪਰਸਨਲੀ ਨਜ਼ਾਰਾ ਜਿਆ ਨਹੀਂ ਆਇਆ ਜਿਵੇਂ ਐਮ ਐਸ ਵਰਡ ਨਹੀਂ ਹੁੰਦਾ ਓਪਰੇਟਿੰਗ ਸਿਸਟਮ ਵੀ ਨਹੀਂ ਹੁੰਦਾ ਜਾਂ ਤਾਂ ਵੈਬ ਬ੍ਰਾਊਜ਼ਰ ਹੋ ਸਕਦਾ ਹੈ ਜਾਂ ਸਰਚ ਇੰਜਨ ਹੋ ਸਕਦਾ ਠੀਕ ਹੈ ਆਨਸਰ ਆਪਾਂ ਕਰ ਹੀ ਲਿਆ ਸੀਗਾ ਵੀ ਇਹਦਾ ਸਰਚ ਇੰਜਨ ਸੀ ਆ ਵੈਸੀ ਲੱਗਿਆ ਹੋਇਆ ਇਹ ਨਹੀਂ ਹੈਗਾ ਠੀਕ ਹੈ ਆ ਦਾ ਆ ਨਹੀਂ ਹੈਗਾ ਇਹ ਇਹ ਬਾਈਟ ਕਲਰ ਨਾਲ ਆਪਾਂ ਕਰਦਗੇ ਸੈਟ ਇਹ ਮੈਂ ਮਿਟੇਣਾ ਭੁੱਲ ਗਿਆ ਇਸ ਤਰ੍ਹਾਂ ਕਰਦਨੇ ਆ ਇਹ ਆਨਸਰ ਨਹੀਂ ਹੈ ਤਾਂ ਸੀ ਸੌਰੀ ਗਲਤੀ ਹੋ ਗਿਆ ਆਨਸਰ ਬੈ ਬ੍ਰਾਊਜ਼ਰ 'ਚ ਮੈਂ ਦੇਖਿਆ ਨਹੀਂ ਸਰਚ ਇੰਜਨ ਕਿਹੜਾ ਹੋ ਤੇ ਇਹ ਵੈਬ ਬ੍ਰਾਊਜ਼ਰ ਖੜਾਈ ਹੀ ਆਨਸਰ ਹੈ ਬੀ ਤਾਂ ਲਿਖਿਆ ਬਸ ਲੇਫਰ ਨੂੰ ਢਾਈਏ ਨੇ ਠੀਕ ਹੈ ਸੋ ਆਨਸਰ ਜਿਹੜਾ ਹੈ ਉਹ ਵੈਬ ਬ੍ਰਾਊਜ਼ਰ ਹੀ ਹੈ ਕਿਹੜਾ ਸੌਫਟਵੇਅਰ ਹੁੰਦਾ ਹੈ ਜਿਹੜਾ ਵੈਬ ਜਿਹੜਾ ਵੈਬਸਾਈਟਾਂ ਨੂੰ ਐਕਸੈਸ ਕਰਨ ਲਈ ਵਰਤਿਆ ਜਾਂਦਾ ਇੰਟਰਨੈਟ ਦੇ ਵਿੱਚੋਂ ਠੀਕ ਹੈ ਸੋ ਬੀ ਆਨਸਰ ਹੈ ਸੋ ਆਪਾਂ ਦੇਖਦੇ ਹਾਂ ਵੀ ਸੀ ਆਨਸਰ ਕਿਉਂ ਨਹੀਂ ਹੈ ਜਸਟੀਫਿਕੇਸ਼ਨ ਹੈ ਮੈਂ ਲਿਖੀਆ ਤੁਹਾਡੇ ਲਈ ði ਰੀਜ਼ਨ ਬਾਈ ਸੀ ਸਰਚ ਇੰਜਨ ਇਜ਼ ਨਾਟ ði ਕਰੈਕਟ ਆਨਸਰ ਇਜ਼ ਬਿਕਾਜ਼ ਸਰਚ ਇੰਜਨ ਆਰ ਟੂਲ ਔਰ ਸਰਵਿਸ ਇਹ ਸੌਫਟਵੇਅਰ ਨਹੀਂ ਨੂੰ ਆਪਾਂ ਕਹਿ ਸਕਦੇ ਇਹਨੂੰ ਟੂਲ ਕਹਿ ਸਕਦੇ ਆ ਜਾਂ ਸਰਵਿਸਿਸ ਕਹਿ ਸਕਦੇ ਆ that allow user to search for information on the internet ਆਪਾਂ ਲਾਸਟ ਇਸ ਤੋਂ ਪਹਿਲਾਂ ਵਾਲੇ ਪਾਰਟ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਸਰਚ ਇੰਜਨ ਜਿਹੜਾ ਸਰਚ ਕਰਦਾ ਹੈ ਇੰਟਰਨੈਟ ਦੇ ਵਿੱਚ ਇੰਡੈਕਸਿੰਗ ਪ੍ਰੋਵਾਈਡ ਕਰਦਾ ਡੇਟਾ ਨੂੰ ਸਟੋਰ ਨਹੀਂ ਕਰਦਾ ਹਨ ਦੇ ਇੰਡੈਕਸ ਦੀ ਵੈਬ ਟੂ ਪ੍ਰੋਵਾਈਡ ਯੂਜ਼ਰਸ ਵਿਦ ਲਿੰਕਸ ਔਰ ਵੈਬਸਾਈਟ दैट ਮੈਚ देयर ਸਰਚ ਕੁਰੀ ਤਾਂ ਉਹ ਸਰਚ ਕੁਐਰੀ ਦੇ ਨਾਲ ਜਿਹੜੀਆਂ ਮੈਚ ਕਰਦੀਆਂ ਨੇ ਉਹਨਾਂ ਦੇ ਇੰਡੈਕਸ ਪ੍ਰੋਵਾਈਡ ਕਰ ਦਿੰਦਾ ਜਾਂ ਲਿੰਕਸ ਹਨ ਵਾਈਲ ਸਰਚ ਇੰਜਨ ਆਰ ਕਰੂਸ਼ੀਅਲ ਫॉर ਫਾਈਂਡਿੰਗ ਇਨਫੋਰਮੇਸ਼ਨ ਆਨਲਾਈਨ ਕਹਿੰਦਾ ਕਰੂਸ਼ੀਅਲ ਤਾਂ ਹੈਗਾ ਇਹ ਆਨਲਾਈਨ ਇਨਫੋਰਮੇਸ਼ਨ ਫਾਈਂਡ ਕਰਨ ਦੇ ਲਈ ਦੇ ਆਰ ਐਕਸੈਸ ਟੂ ਥਰੋ ਵੈਬ ਬਰਾਊਜ਼ਰ ਇੱਕ ਵੈਬ ਬਰਾਊਜ਼ਰ ਦੇ ਵਿੱਚੋਂ ਜਾ ਕੇ ਆਪਾਂ ਸਿਲੈਕਟ ਕਰ ਸਕਦੇ ਹਾਂ ਵੀ ਸਰਚ ਇੰਜਨ ਅਸੀਂ ਬਿੰਗ ਕਰਨਾ ਕਿ ਗੂਗਲ ਕਰਨਾ ਹਨਾ ਐਂਡ ਆਰ ਨਾਟ ਸੌਫਟਵੇਅਰ ਪ੍ਰੋਗਰਾਮ ਯੂਜ਼ਡ ਟੂ ਡਾਇਰੈਕਟਲੀ ਐਕਸੈਸ ਵੈਬਸਾਈਟਸ ਕਹਿੰਦਾ ਇਹ ਸਾਫਟਵੇਅਰ ਪ੍ਰੋਗਰਾਮ ਨਹੀਂ ਹੈਗਾ ਐਂਡ ਆਰ 컬러 ਚੇਂਜ ਕਰ ਲਈਨ ਵਾਈਟੀ ਚੱਲ ਰਿਹਾ ਮੈਂ ਲਿਖ ਕਿਉਂ ਰਿਹਾ ਐਂਡ ਆਰ ਨਾਟ ਸਾਫਟਵੇਅਰ ਪ੍ਰੋਗਰਾਮ ਯੂਜ਼ ਟੂ ਡਾਇਰੈਕਟਲੀ ਐਕਸੈਸ ਵੈਬਸਾਈਟ ਵੈਬਸਾਈਟਾਂ ਨੂੰ ਇਹ ਐਕਸੈਸ ਨਹੀਂ ਕਰਦਾ ਵੈਬਸਾਈਟਾਂ ਕਿਹਦੇ ਦੁਆਰਾ ਐਕਸੈਸ ਕਰਦੇ ਆ ਸਰਚ ਇੰਜਨ ਦੁਆਰਾ ਪਰ ਇੰਡੈਕਸਿੰਗ ਇਹ ਪ੍ਰੋਵਾਈਡ ਕਰ ਦਿੰਦਾ ਲੱਭ ਕੇ ਵੀ ਕਿਹੜੀ ਚੀਜ਼ ਕਿੱਥੇ ਪਈ ਹੈ ਕਿਵੇਂ ਪਈ ਹੈ ਕਲੀਅਰ ਹੋਈ ਗੱਲ ਫਿਰ ਵੀ ਦੇਖ ਲੈਣੇ ਕਲੈਰੀਫਾਈ ਦੇ ਲਈ ਵੈਬ ਬ੍ਰਾਊਜ਼ਰ ਕੀ ਹੈ ਅਹ ਆਨਸਰ ਬੀ ਕਿਉਂ ਦਿਸ ਇਜ਼ ਦੀ ਸੌਫਟਵੇਅਰ ਥੈਟ ਅਲਾਉ ਯੂ ਟੂ ਨੈਵੀਗੇਟ ਦੀ ਇੰਟਰਨੈਟ ਜਿਹੜਾ ਇੰਟਰਨੈਟ ਦੇ ਵਿੱਚ ਯੂ ਟੂ ਨੈਵੀਗੇਟ ਇੰਟਰਨੈਟ ਦੇ ਵਿੱਚ ਨੈਵੀਗੇਟ ਨੈਵੀਗੇਟ ਹੁੰਦਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣਾ ਇੰਟਰਨੈਟ ਦੇ ਵਿੱਚ ਨੈਵੀਗੇਟ ਕਰਨ ਲਈ ਵਰਤਿਆ ਜਾਂਦਾ ਯੂ ਯੂਜ਼ ਯੂ ਯੂਜ਼ ਅ ਵੈਬ ਬ੍ਰਾਊਜ਼ਰ ਟੂ ਗੋ ਟੂ ਡਿਫਰੈਂਟ ਵੈਬਸਾਈਟਸ ਕਹਿੰਦਾ ਬੱਖੋ ਬੱਕਰੀਆਂ ਵੈਬਸਾਈਟਸ ਤੇ ਜਾਣ ਦੇ ਲਈ ਆਪਾਂ ਇਹ ਵੈਬ ਬ੍ਰਾਊਜ਼ਰ ਵਰਤ ਲੈਨੇ ਇਨਕਲੂਡਿੰਗ ਸਰਚ ਇੰਜਨ ਵੈਬਸਾਈਟ ਸਰਚ ਇੰਜਨ ਦੀ ਵੈਬਸਾਈਟ ਤੇ ਜਾਣਾ ਆ ਵੀ ਸਾਨੂੰ ਕੀ ਵਰਤਣਾ ਪਊਗਾ ਬ੍ਰਾਊਜ਼ਰ ਜਿਵੇਂ ਗੂਗਲ ਇੱਕ ਸਰਚ ਇੰਜਨ ਵੈਬਸਾਈਟ ਹੈ ਨਾ ਉਮੇ ਹੀ ਬਿੰਗ ਇੱਕ ਸਰਚ ਇੰਜਨ ਵੈਬਸਾਈਟ ਹੈ ਬਿੰਗ ਕੀ ਦਾ ਬਿੰਗ ਮਾਈਕਰੋਸਾਫਟ ਦਾ ਹੈ ਨਾ ਉਮੇ ਹੀ ਇੱਕ ਹੋਰ ਹੈ ਸਾਡੇ ਕੋਲੇ ਯਾਹੂ ਇੱਕ ਦੋ ਹੋਰ ਵੀ ਹੋਣਗੇ ਹੈ ਨਾ ਮੈਨੂੰ ਹੁਣ ਪ੍ਰੋਪਰ ਨਾਮ ਨਹੀਂ ਯਾਦ ਆਪਾਂ ਐਗਜ਼ਾਮਪਲਾਂ ਦੇਖ ਲਿਆ ਸੀ ਤੇ ਸਰਚ ਇੰਜਨ ਹਾਂ ਆ ਆਪਾਂ ਇਹੀ ਪੜੇ ਨੇ ਗੂਗਲ ਹਾਂ ਇਹ ਗਲਤ ਨਹੀਂ ਦੱਸਦਾ ਮੈਂ ਤੈਨੂੰ हां सर्च इंजन बारे दस ਰਿਹਾ ਸੀ ਇਨਕਲੂਡਿੰਗ ਸਰਚ ਇੰਜਨ ਵੈਬਸਾਈਟ हां ਇਹ ਦੱਸ ਰਿਹਾ ਸੀ ਸੋ ਦਿਮਾਗ ਜਿਹਾ ਹੀ ਕੰਮ ਕਰਨਾ ਛੱਡਿਆ ਪਤਾ ਨਹੀਂ ਕੀ ਹੋਇਆ ਐਂ ਜਿਹੀ ਲੱਗੀਆਂ ਅੰਦਰ ਹੱਤਾਂ ਜਾ ਹੋਇਆ ਪਿਆ ਸੋ ਕੋਈ ਨਹੀਂ ਚਲੋ ਹੋ ਜਾਂਦਾ ਕਰੇ ਕਰੇ ਹਣਾ ਸਰਚ ਇੰਜਨ ਆਨਸਰ ਸੀ ਕਹਿੰਦਾ ðiːz ɑːr ਵੈਬਸਾਈਟ ਆਨਸਰ ਨਹੀਂ ਹੈਗਾ ਉਹ ਕਹਿ ਰਿਹਾ ਆਪਸ਼ਨ ਸੀ ਲਿਖਣਾ ਸੀ ðiːz ɑːr ਵੈਬਸਾਈਟਸ ਔਰ ਸਰਵਿਸਿਸ ਦੈਟ ਯੂ ਐਕਸੈਸ ਯੂਜ਼ਿੰਗ ਏ ਵੈਬ ਬ੍ਰਾਊਜ਼ਰ ਕਹਿੰਦਾ ਇਹਨਾਂ ਨੂੰ ਵੈਬ ਬ੍ਰਾਊਜ਼ਰ ਦੀ ਹੈਲਪ ਦੇ ਨਾਲ ਹੀ ਆਪਾਂ ਐਕਸੈਸ ਕਰ ਸਕਦੇ ਆ they help you find other website by typing वैसे भी नु पता तो है नहीं इंद्रहाता की हुंदा है ना ए ते पढ़दे नहीं हुंदे ਸੀ ਛੋਟੇ ਹੁੰਦੇ ਸੀ ਜਦੋਂ ਬੀ ਤੇ 베ਰੀ 베ਰੀ ਦਾ ਰੋਗ ਹੋ ਜਾਂਦਾ ਹੈ ਵਿਟਾਮਿਨ ਬੀ ਦੀ ਕਮੀ ਦੇ ਨਾਲ ਤੇ ਵਿਟਾਮਿਨ ਏ ਦੀ ਕਮੀ ਦੇ ਨਾਲ ਇਹ ਨਾ ਅੰਦਰ ਹੱਤਾ ਹੋ ਜਾਂਦਾ ਹੈ ਸ਼ਾਇਦ ਨੂੰ ਪਤਾ ਤਾਂ ਹੈ ਨਹੀਂ ਗਾ ਵੀ ਨਿਹਰਾਤਾ ਕਹਿੰਦਾ ਮੈਂ ਵੈਸੀ ਬੋਲਦਾ ਚਲੋ ਜੋਕ ਰਹਿ ਗਿਆ ਹਣਾ ਦੇ ਹੈਲਪ ਯੂ ਫਾਈਂਡ ਅਦਰ ਵੈਬਸਾਈਟ ਬਾਈ ਟਾਈਪਿੰਗ ਇਨ ਕੀਵਰਡ অর ਫਰੇਜ਼ ਇਨਕਲੂਡ ਗੂਗਲ ਬਿੰਗ ਜਾਉ ਕਹਿੰਦਾ ਇਹ ਆਪਾਂ ਨੂੰ ਹੈਲਪ ਕਰਦਾ ਹੈ ਫਾਈਂਡ ਅਦਰ ਵੈਬਸਾਈਟ ਬਾਈ ਟਾਈਪਿੰਗ ਕੀਵਰਡ অর ਫਰੇਜ਼ ਕੋਈ ਕੀਵਰਡ ਤੇ ਫਰੇਜ਼ ਉਸ ਆਪਾਂ ਲਿਖ ਦਈਏ ਉਹ 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 ਉਹਨਾਂ ਨੂੰ ਲੱਭ ਕੇ ਇਹ ਲੈ ਕੇ ਆਉਂਦਾ ਬਟ ਐਕਸੈਸ ਕਿਦੇ ਵਿੱਚ ਕਰਦੇ ਆ ਬ੍ਰਾਊਜ਼ਰ ਦੇ ਵਿੱਚ ਤਾਂ ਕਰਕੇ ਜਿਹੜਾ ਆਨਸਰ ਸੀਗਾ ਆਪਣਾ ਬ੍ਰਾਊਜ਼ਰ ਸੀਗਾ ਠੀਕ ਹੈ ਆਈ ਹੋਪ ਜੇ ਕੋਈ ਡਾਊਟ ਸੀ ਤਾਂ ਕਲੀਅਰ ਹੋ ਗਿਆ ਹੁਣ ਸੋ 15 ਸਵਾਲ ਸੀ ਜਿਹੜੇ ਆਪਾਂ ਪਾਰਟ 2 ਤੱਕ ਕਰ ਚੁੱਕੇ ਆ ਤੇ ਹੁਣ ਪਾਡ 3 ਦੇ ਵਿੱਚ ਆਪਾਂ ਦੇਖਾਂਗੇ ਅਗਲੇ 5 ਕਿਉਂਕਿ ਜਿਆਦਾ ਫਿਰ ਲੰਬਾ ਹੋ ਜਾਂਦਾ ਮੇਰਾ ਵੀ ਗਲਾ ਬੈਠ ਜਾਂਦਾ ਕਿਉਂਕਿ ਮੇਨ ਕੋਰਸ ਦੇ ਵਿੱਚ ਵੀ ਕਲਾਸਾਂ ਚੱਲਦੀਆਂ ਨੇ ਨਾਲ-ਨਾਲ ਹਨਾ ਤੇ ਇਹ ਹੁਣ ਹੈਗਾ ਅ 16ਵਾਂ ਕੁਐਸਚਨ ਹੈ ਕੋਸ਼ਿਸ਼ ਕਰੂੰਗਾ ਕਰਾਂਗੇ ਆਪਾਂ ਵੀ ਇੱਕ ਦਿਨ ਛੱਡ ਕੇ ਤਾਂ ਕਲਾਸ ਹੋਵੇ ਹੀ ਹੋਵੇ ਪਹਿਲਾਂ ਮੈਨੂੰ ਐ ਸੀ ਕਿ ਤਿੰਨ ਚਾਰ ਦਿਨਾਂ ਬਾਅਦ ਕਲਾਸ ਪਾ ਦਿਆ ਕਰਾਂਗੀ ਫਿਰ ਉਹ ਥੋੜਾ ਤੁਸੀਂ ਮੈਸੇਜ ਵੀ ਆਏ ਕਮੈਂਟ ਵੀ ਆਏ ਤੁਹਾਡੇ ਹਨਾ ਵੀ ਕੰਟੀਨਿਊ ਰੱਖੋ ਤਾਂ ਆਪਾਂ ਕੋਸ਼ਿਸ਼ ਕਰ ਰਹੇ ਆਂ ਵੀ ਜਿਹੜੀ 3-4 ਦਿਨ ਬਾਅਦ ਕਲਾਸ ਪਾਉਣੀ ਉਹ ਹੀ ਆਪਾਂ ਇੱਕ-ਇੱਕ ਦਿਨ ਛੱਡ ਕੇ ਪਾ ਦਈਏ ਹਨਾ ਜੇ ਨੋਟੀਫਿਕੇਸ਼ਨ ਆ ਜਾਂਦਾ ਫਿਰ ਆਪਾਂ ਰੈਗੂਲਰ ਕਰ ਦਾਂਗੇ ਤਾਂ ਹਜੇ ਬੱਚੇ ਵੀ ਨਹੀਂ ਪੜ੍ਹਨੇ ਸਟਾਰਟ ਹੋਏ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਤਾਂ ਕਰਕੇ ਰੀਚ ਥੋੜੀ ਵੱਧਦੀ ਹੈ ਫਿਰ ਕੌਨਫੀਡੈਂਸ ਵੀ ਆਉਂਦਾ ਹਨਾ ਤੇ ਉਹਨਾਂ ਨੂੰ ਮੋਟੀਵੇਸ਼ਨ ਵੀ ਹੋ ਜਾਂਦਾ ਵੀ ਹਾਂ ਬੰਦੇ ਦੇਖ ਰਹੇ ਆ ਜੇ ਕੋਈ ਦੇਖੂਗਾ ਹੀ ਨਹੀਂਗਾ ਫਿਰ ਆਪਾਂ ਨੂੰ ਲੱਗੂਗਾ ਹਜੇ ਸ਼ੁਰੂ ਨਹੀਂ ਹੋਇਆ ਜਿੰਨਾ ਜੇ ਨੋਟੀਫਿਕੇਸ਼ਨ ਨਹੀਂ ਆਉਂਦਾ ਬੰਦੇ ਸincere ਨਹੀਂ ਹੁੰਦੇ ਹਨਾ ਪਰ ਜਿਹੜੇ ਹੋ ਜਾਂਦੇ ਨੇ ਉਹ ਤਾਂ ਹੈ ਸਵਾਲ ਆ ਸੋਲਮਾ ਸਵਾਲ ਹੈ ਵਿੱਚ ኦਪਰੇਟਿੰਗ ਸਿਸਟਮ ਇਜ਼ ਵੈਰੀ ਸਟ੍ਰਿਕਟ ਅਬਾਊਟ ਟਾਈਮ ਕੰਸਟ੍ਰੇਂਟ ਦੇਖੋ ਬੜਾ ਸੋਹਣਾ ਸਵਾਲ ਆ ਇਹ ਇਹ ਸ਼ਾਇਦ ਹੋ ਸਕਦਾ ਤੁਸੀਂ ਨਾ ਪੜਿਆ ਹੋਵੇ ਕਹਿੰਦਾ ਕਿਹੜਾ ኦਪਰੇਟਿੰਗ ਸਿਸਟਮ ਹੁੰਦਾ ਹੈ ਜਿਹੜਾ ਸਟ੍ਰਿਕਟ ਅਬਾਊਟ ਟਾਈਮ ਕੰਸਟ੍ਰੇਂਟ ኦਪਰੇਟਿੰਗ ਸਿਸਟਮ ਕਹਿੰਦਾ ਟਾਈਮ ਕੰਸਟ੍ਰੇਂਟ ਨੂੰ ਲੈ ਕੇ ਸਟ੍ਰਿਕਟ ਹੁੰਦਾ ਮਤਲਬ ਕਿ ਟਾਈਮ ਜੇ ਜਿੰਨਾ ਟਾਈਮ ਹੈਗਾ ਮਿੱਥਿਆ ਉਨੇ ਟਾਈਮ ਚ ਕੰਮ ਹੋ ਗਿਆ ਠੀਕ ਹੈ ਅਦਰਵਾਈਜ਼ ਨੁਕਸਾਨ ਹੋ ਜਾਂਦਾ ਕੀ ਉਹ ਬੈਚ ਹੈ ਨੈਟਵਰਕ ਹੈ ਸੌਫਟਵੇਅਰ ਹੈ ਤੇ ਹਾਰਡ ਸੌਰੀ ਸੌਫਟ ਰੀਅਲ ਟਾਈਮ ઓਪਰੇਟਿੰਗ ਸਿਸਟਮ ਹੈ ਕਿ ਹਾਰਡ ਰੀਅਲ ਟਾਈਮ ઓਪਰੇਟਿੰਗ ਸਿਸਟਮ ਹੈ ਹੈਨਾ ਤਾਂ ਪਹਿਲਾਂ ਆਪਾਂ ਆਨਸਰ ਇਹਨਾਂ ਦੋਨਾਂ ਚੋਂ ਹੈ ਬੈਚ ਨਹੀਂ ਹੈ ਤੇ ਨੈਟਵਰਕ ਵੀ ਨਹੀਂ ਹੈ ਠੀਕ ਹੈ ਬੈਚ ਨੈਟਵਰਕ ਦੀ ਚਲੋ ਆਪਾਂ ਨੂੰ ਜ਼ਰੂਰਤ ਨਹੀਂ ਹੈ ਵੈਸੇ ਇੰਪੋਰਟੈਂਟ ਹੈਗਾ ਕੁਐਸਚਨ ਬਣ ਸਕਦੇ ਨੇ ਸੌਫਟ ਰੀਅਲ ਟਾਈਮ ਤੇ ਹਾਰਡ ਰੀਅਲ ਟਾਈਮ ਸੋ ਆਪਾਂ ਪਹਿਲਾਂ ਰੀਅਲ ਟਾਈਮ ઓਪਰੇਟਿੰਗ ਸਿਸਟਮ ਦੇਖ ਲੈਂਦੇ ਹਾਂ ਰੀਅਲ ਟਾਈਮ ઓਪਰੇਟਿੰਗ ਸਿਸਟਮ ਕਿਹੜੇ ਹੁੰਦੇ ਨੇ ਇਹ ਰੀਅਲ ਟਾਈਮ ኦਪਰੇਟਿੰਗ ਸਿਸਟਮ ਜਿਹਨੂੰ ਆਰਟੀਓਐਸ ਵੀ ਕਹਿੰਦੇ ਨੇ ਦੇਖੋ ਇਹਦੀ ਐਬ੍ਰੀਵੀਏਸ਼ਨ ਵੀ ਪੁੱਛ ਸਕਦਾ ਆਪਾਂ ਨੂੰ ਐਬ੍ਰੀਵੀਏਸ਼ਨ ਆਰਟੀਓਐਸ ਦੀ ਰੀਅਲ ਟਾਈਮ ኦਪਰੇਟਿੰਗ ਸਿਸਟਮ ਇਜ਼ ਅ ਸਪੈਸ਼ਲਾਈਜ਼ਡ ኦਪਰੇਟਿੰਗ ਸਿਸਟਮ ਡਿਜ਼ਾਈਨਡ ਫਾਰ এনवायरमेंट वेयर ਸਟ੍ਰਿਕਟ ਟਾਈਮ ਕੰਸਟ੍ਰੇਂਟ ਆਰ ਕ੍ਰਿਟੀਕਲ ਜਿੱਥੇ ਕਹਿੰਦਾ ਸਟ੍ਰਿਕਟ ਟਾਈਮ ਕੰਸਟ੍ਰੇਂਟ ਕ੍ਰਿਟੀਕਲ ਹੁਣ ਜਿਹੜਾ ਆਪਣਾ ਵਿੰਡੋ ਦੇ ਵਿੱਚ ኦਪਰੇਟਿੰਗ ਸਿਸਟਮ ਚੱਲਦਾ ਜਾਂ ਐਂਡਰੋਇਡ ਦਾ ਚੱਲਦਾ ਇਹ ਰੀਅਲ ਟਾਈਮ ኦਪਰੇਟਿੰਗ ਸਿਸਟਮ ਨਹੀਂ ਹੈ ਕਿਉਂ ਕਿ ਇਹ ਟਾਈਮ ਦਾ ਕੋਈ ਜ਼ਰੂਰੀ ਨਹੀਂ ਜੇ ਲੈਪਟਾਪ ਸਟਾਰਟ ਹੋਣ ਲੱਗਿਆ 5 ਮਿੰਟ ਲਾ ਦੂਗਾ ਤਾਂ ਕਿਹੜਾ ਕੋਈ ਪਚਾਲ ਆਉਣ ਲੱਗਿਆ ਫੋਨ ਸਟਾਰਟ ਹੋਣ ਲੱਗਿਆ ਜਾਂ ਕੋਈ ਕੰਮ ਕਰਨ ਲੱਗਿਆ ਥੋੜਾ ਜਿਹਾ ਟਾਈਮ ਲੈ ਜਾਊਗਾ ਕੋਈ ਫਰਕ ਨਹੀਂ ਪੈਂਦਾ ਪਰ ਜਿਹੜੀ ਕਾਰ ਕਾਰ ਦੇ ਵਿੱਚ 에ਅਰ ਬੈਗ ਲੱਗੇ ਹੁੰਦੇ ਨੇ ਲੇਮਨ ਸਮਝਦੇ ਆ ਪਹਿਲਾਂ ਆਪਾਂ ਕਾਰ ਦੇ ਵਿੱਚ 에ਅਰ ਬੈਗ ਲੱਗੇ ਨੇ ਜਦੋਂ ਇੱਕਦਮ ਐਕਸੀਡੈਂਟ ਹੋਇਆ ਉਹ ਜਰਕ ਸ਼ੌਕ ਲੱਗਦਾ ਨਾ ਇੱਕਦਮ ਜਿਹੜੀ ਬੈਲਟ ਲਾਉਨੇ ਆ ਆਪਾਂ ਉਹ ਵੀ ਤੁਸੀਂ ਚੈੱਕ ਕਰਿਓ ਇਹ ਸੀ ਕਿ ਬੈਲਟ ਲਾਉਨੇ ਆ ਜਦੋਂ ਆਪਾਂ ਅੱਗੇ ਪਿੱਛੇ ਹੋਈ ਜਾਂਦੇ ਆ ਨਾਰਮਲੀ ਉਦੋਂ ਤਾਂ ਉਹ ਕਸੀ ਨਹੀਂ ਜਾਂਦੀ ਤੇ ਤੁਸੀਂ ਉਹਨੂੰ ਇੱਕਦਮ ਝੂਟਾ ਮਾਰ ਕੇ ਦੇਖਿਓ ਉਹ ਟਾਈਟ ਹੋ ਜਾਂਦੀ ਹੈ ਖਿੱਚੀ ਨਹੀਂ ਜਾਊਗੀ ਤਾਂ ਉਹਦਾ ਸ਼ੌਕ 10 ਸੈਕਿੰਡ ਦੇ ਵਿੱਚ ਸ਼ੌਕ ਲੱਗਦਾ ਜਦੋਂ ਹੀ ਸ਼ੌਕ ਪੈਂਦਾ ਝਟਕਾ ਪੈਂਦਾ ਤੇ ਨਾਲ ਦੀ ਨਾਲ ਕੀ ਹੋ ਜਾਂਦੀ ਹੈ ਉਹ ਬੈਲਟ ਕਸੀ ਜਾਂਦੀ ਆਪਣਾ ਕੰਮ ਸ਼ੁਰੂ ਕਰ ਦਿੰਦੀ ਤਾਂ ਹੀ ਆਪਾਂ ਅੱਗੇ ਨਹੀਂ ਨਾ ਵੱਜਦੇ ਉਮਮੀ ਜਿਹੜੀਆਂ 에ਅਰ ਬੈਗ ਵਾਲੀਆਂ ਗੱਡੀਆਂ ਨੇ ਤੇ ਉਹ 10 ਸੈਕਿੰਡ ਦੇ ਵਿੱਚ 에ਅਰ ਬੈਗ ਨਿਕਲ ਜਾਂਦੇ ਨੇ ਤੇ ਜੇ 에ਅਰ ਬੈਗ ਨਹੀਂ ਨਿਕਲਣਗੇ ਫਿਰ ਕੀ ਹੋਊਗਾ ਫਿਰ ਤਾਂ ਪਤਾ ਹੀ ਹੈ ਤੁਹਾਨੂੰ ਕੀ ਹੋਊਗਾ ਨਾ ਤਾਂ ਉੱਥੇ ਉੱਥੇ ਜਿਹੜਾ ኦਪਰੇਟਿੰਗ ਸਿਸਟਮ ਤਾਂ ਨਹੀਂ ਹੁੰਦਾ ਚਲੋ ਉੱਥੇ ਆਪਾਂ ਇਹ ਕਹਿ ਸਕਦੇ ਆ ਡਿਵਾਈਸ ਜਿਹੜਾ ਲੱਗਿਆ ਹੁੰਦਾ ਉਹਦੇ ਵਿੱਚ ኦਪਰੇਟਿੰਗ ਸਿਸਟਮ ਹੁੰਦਾ ਤਾਂ ਉੱਥੇ ਟਾਈਮ ਰਿਕੁਆਇਰਮੈਂਟ ਬਹੁਤ ਸਟ੍ਰਿਕਟ ਆ ਤੇ ਮਿਲੀਸੈਕਿੰਡ ਦਾ ਵੀ ਜੇ ਗੈਪ ਪੈਂਦਾ ਤਾਂ ਬੰਦੇ ਦੀ ਜਾਨ ਜਾ ਸਕਦੀ ਸ਼ੌਕ ਲੱਗਿਆ ਸਿਰਫ 2 ਜਾਂ 3 ਸੈਕਿੰਡ ਚ ਆਪਾਂ ਅੱਗੇ ਵੱਜ ਗਏ ਉਸ ਤੋਂ ਬਾਅਦ 에ਅਰ ਬੈਗ ਨਿਕਲਣ ਚਾਹੀਦਾ ਨਾ ਨਿਕਲ ਹੈਨਾ ਫਿਰ ਉਹਦਾ ਕੀ ਫਾਇਦਾ ਠੀਕ ਹੈ ਇਹੋ ਗਾਣੇ 'ਚ ਨਹੀਂ ਕਹਿੰਦਾ ਹੁੰਦਾ ਕਹਿੰਦਾ ਹੁੰਦਾ ਵੀ ਜੇ ਤੂੰ ਹੋਰ ਦੀ ਹੋਈ ਮੈਂ ਕਿਸੇ ਹੋਰ ਦਾ ਟੱਕਰੇ ਦਾ ਕੀ ਟੱਕਰੇ ਉਹ ਮੇਰੇ ਵੈਸੇ ਹੀ ਜਾ ਰਗਾ ਉਵੇਂ ਹੀ ਕਹਿੰਦਾ ਵੀ ਜੇ ਐਕਸੀਡੈਂਟ ਹੋਣ ਤੋਂ ਬਾਅਦ 에어 ਬੈਗ ਨਿਕਲੇ ਤਾਂ ਕੀ ਨਿਕਲੇ ਤੇ ਨਾ ਤਾਂ ਫਾਇਦਾ ਕੋਈ ਨਹੀਂ ਸੋ ਉਵੇਂ ਆਪਾਂ ਕਹਿ ਸਕਦੇ ਆ ਵੀ ਰੀਅਲ ਟਾਈਮ ኦਪਰੇਟਿੰਗ ਸਿਸਟਮ ਉਹ ਵਾਲੇ ኦਪਰੇਟਿੰਗ ਸਿਸਟਮ ਹੁੰਦੇ ਨੇ ਜਿਹਦੇ ਵਿੱਚ ਟਾਈਮ ਕੰਸਟਰੈਂਟ ਹੁੰਦਾ ਜਿਹੜਾ ਬਹੁਤ ਜਿਆਦਾ ਸਟ੍ਰਿਕਟ ਹੁੰਦਾ ਉਨੇ ਟਾਈਮ ਚੋ ਕੰਮ ਕਰ ਦੇਣਾ ਚਾਹੀਦਾ ਅਦਰਵਾਈਜ਼ ਬੜਾ ਨੁਕਸਾਨ ਹੋ ਜਾਂਦਾ ਆਨਲਾਈਕ ਐਵਰੀਡੇ ਕੰਪਿਊਟਰ অর ਫੋਨ ਇਹ ਮੈਂ ਐਗਜ਼ਾਮਪਲ ਦੇ ਦਿੱਤੀ ਵਿੱਚ ਪ੍ਰਾਇੋਰਟਾਈਜ਼ਡ ਮਲਟੀਟਾਸਕਿੰਗ ਜਿਹੜਾ ਮਲਟੀਟਾਸਕਿੰਗ ਕਰਦਾ ਇੱਕ ਤੋਂ ਜ਼ਿਆਦਾ ਟਾਸਕ ਕਰਦਾ ਯੂਜ਼ਰ ਰਿਸਪੌਂਸਿਵਨੈਸ ਐਨ ਆਰਟੀਓਐਸ ਇਜ਼ 올 ਅਬਾਊਟ ਗ੍ਰੈਂਟਿੰਗ ði ਟਾਸਕ ਆਰ ਕੰਪਲੀਟਿਡ ਵਿਦਿਨ ਡੈਜ਼ਿਗਨੇਟਿਡ ਡੈਡਲਾਈਨ ਤੇ ਜੇ 에어ਬੈਗ ਦੀ ਡੈਜ਼ਿਗਨੇਟਡ ਡੈਡਲਾਈਨ 2 ਸੈਕਿੰਡ ਹੈ ਤਾਂ 2 ਸੈਕਿੰਡ ਚ ਹੀ ਉਹ ਚੱਲਣਾ ਚਾਹੀਦਾ ਅਦਰਵਾਈਜ਼ ਤਾਂ ਫਾਇਦਾ ਹੀ ਕੋਈ ਨਹੀਂ ਕੁਝ ਐਗਜ਼ਾਮਪਲਸ ਦੇਖਦੇ ਆ ਜਿਵੇਂ ਫਰੀ ਆਰਟੀਓਐਸ ਹੈ ਵੀਐਕਸ ਵਰਕਸ ਹੈ ਜੈਪ ਕੀ ਕਹਾਂਗੇ ਜੀਪ ਜੈਪ ਹਾਇਰ ਹੈ ਕਿਊਐਨਐਕਸ ਹੈ ਬਸ ਫਰੀ ਆਰਟੀਓਐਸ ਕਰ ਲਓ ਕਿਉਂਕਿ ఓਪਨ ਸੋਰਸ ਹੈ ਨਾ ਬਾਕੀਆਂ ਨੂੰ ਚਲੋ ਜ਼ਰੂਰਤ ਨਹੀਂ ਹੈ ਇਹਦੀ ਐਗਜ਼ਾਮਪਲ ਹਜੇ ਤੱਕ ਪੁੱਛੀ ਨਹੀਂ ਗਈ ਹੈ ਇਜਾਦ ਰੱਖ ਸਕਦੇ ਹੋ ਤਾਂ ਕਰ ਸਕਦੇ ਦੂਜੇ ኦਪਰੇਟਿੰਗ ਸਿਸਟਮ ਹੀ ਆਪਾਂ ਨੂੰ ਜ਼ਿਆਦਾ ਇੰਪੋਰਟੈਂਟ ਨਹੀਂ ਬਸ ਇਹਦੀਆਂ ਟਾਈਪਸ ਪਤਾ ਹੋਣੀਆਂ ਚਾਹੀਦੀਆਂ ਨੇ ਹਨਾ ਆ ਦੇਖੋ ਜਿਵੇਂ 에ਅਰਕ੍ਰਾਫਟ ਦੇ ਵਿੱਚ ਸਪੇਸ ਦੇ ਵਿੱਚ 에ਰੋਨੌਟਿਕਸ ਦੇ ਵਿੱਚ ਹਨਾ ਉੱਥੇ ਆਪਾਂ ਨੂੰ ਪਤਾ ਹੈ ਵੀ ਜਿਹੜਾ ਟਾਈਮ ਰਿਕੁਆਇਰਮੈਂਟ ਹੁੰਦੀਆਂ ਨੇ ਉਹ ਬਹੁਤ ਜ਼ਿਆਦਾ ਸਟ੍ਰਿਕਟ ਹੁੰਦੀਆਂ ਨੇ ਜਿਵੇਂ ਆਪਾਂ ਪਿੱਛੇ ਇੰਡੀਆ ਨੇ ਚੰਦਰ ਲਾਂਚ ਚੰਦਰ ਲਾਂਚ ਨਹੀਂ ਚੰਦਰਿਆਂ ਲਾਂਚ ਕੀਤਾ ਸੀ ਹਨਾ ਐਵੇਂ ਦਾ ਮੈਨੂੰ ਲੱਗਦਾ ਬਾਕੀ ਹੋਇਆ ਪਿਆ ਨਾ ਇਹ ਵਾਲਾ ਗੱਲ ਬਟਾਮ ਨੇ ਇਹਦੀ ਕੋਈ ਗੋਲ ਗੋਲ ਗੱਲਾਂ ਨਹੀਂ ਆ ਪੈਣੀਆਂ ਐਕਟਿਵਨੈਸ ਜੀ ਨਹੀਂ ਆ ਰਹੀ ਪਤਾ ਨਹੀਂ ਐ ਵੀ ਦਿਮਾਗ ਨਾ ਪ੍ਰੈਜੈਂਸ ਹੀ ਨਹੀਂ ਹੈਗਾ ਪਿਛਲੀਆਂ ਗੱਲਾਂ ਭੁੱਲਣ ਲੱਗ ਗਿਆ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਬੁੜੇ ਬੜੇ ਹੋ ਗਏ ਯਾਰ ਹਾਂ ਤਾਂ ਕੀ ਹੈ ਜਿਵੇਂ ਐਵੇਂ ਦੇ ਸਪੇਸ ਦੇ ਵਿੱਚ ਜਿੰਨੇ ਵੀ ਆਪਰੇਸ਼ਨ ਪਰਫਾਰਮ ਹੁੰਦੇ ਨੇ ਉਹ ਸਾਰੇ ਉਹਨਾਂ ਲਈ ਕੀ ਚਾਹੀਦਾ ਹੁੰਦਾ ਸਟ੍ਰਿਕਟ ਡੈਡਲਾਈਨ ਚਾਹੀਦੀ ਹੁੰਦੀ ਤਾਂ ਇੱਥੇ ਆਪਾਂ ਕਹਿ ਸਕਦੇ ਹਾਂ ਵੀ ਰੀਅਲ ਟਾਈਮ ኦਪਰੇਟਿੰਗ ਸਿਸਟਮ ਯੂਜ਼ ਕੀਤਾ ਜਾਂਦਾ ਸੋ ਟਾਈਪਸ ਦੀ ਆਪਾਂ ਗੱਲ ਕਰੀਏ ਮੇਨਲੀ ਤਿੰਨ ਤਰ੍ਹਾਂ ਦਾ ਹੁੰਦਾ ਸਭ ਤੋਂ ਪਹਿਲਾਂ ਹਾਰਡ ਰੀਅਲ ਟਾਈਮ ਟਾਈਮ ਕੰਸਟ੍ਰੇਂਡ ਐਕਸਟ੍ਰੀਮਲੀ ਸਟ੍ਰਿਕਟ ਐਂਡ ਆਰ ਅਨਫੋਰਗੀਵਿੰਗ ਕਹਿੰਦਾ ਬਹੁਤ ਸਟ੍ਰਿਕਟ ਦੀਆਂ ਵੀ ਦੋ ਕੈਟਾਗਰੀ ਨੇ ਰੀਅਲ ਟਾਈਮ ਦੀਆਂ ਵੀ ਦੋ ਕੈਟਾਗਰੀ ਨੇ ਇੱਕ ਹਾਰਡ ਰੀਅਲ ਟਾਈਮ ਇੱਕ ਸੌਫਟ ਸੌਫਟ 'ਚ ਕਹਿੰਦਾ ਵੀ ਚਲ ਥੋੜਾ ਜਿਹਾ ਚੱਲ ਜੂਗਾ ਕੋਈ ਗੱਲ ਨਹੀਂ ਪਰ ਹਾਰਡ ਦੇ ਵਿੱਚ ਤਾਂ ਲਕੀਰ ਹੀ ਖਿੱਚਦੀ ਕਹਿੰਦਾ ਜੇ ਇਹ ਲਕੀਰ ਤੱਕ ਨਾ ਚੱਲਿਆ ਤਾਂ ਨੁਕਸਾਨ ਹੋ ਜਾਊਗਾ ਜ਼ਿੰਦਗੀ ਦਾ ਵੀ ਨੁਕਸਾਨ ਹੋ ਸਕਦਾ ਜਿਵੇਂ ਆਪਾਂ ਇਹਦੇ ਵਿੱਚ ਕਹਿ ਸਕਦੇ ਹਾਂ ਐਕਸਟ੍ਰੀਮਲੀ ਸਟ੍ਰਿਕਟ ਐਂਡ ਅਨਫੋਰਗੀਵਿੰਗ ਮਿਸਿੰਗ ਡੈਡਲਾਈਨ ਕੈਨ ਲੀਡ ਟੂ ਕੈਟਾਸਟ੍ਰੋਫਿਕ ਦੇਖੋ ਅੰਗਰੇਜ਼ੀ ਤੋਂ ਬਹੁਤ ਬੰਦੇ ਡਰਦੇ ਆ ਨਾ ਮੈਨੂੰ ਇਹ ਲੱਗਦਾ ਵੀ ਅੰਗਰੇਜ਼ੀ ਤੋਂ ਭੱਜਣਾ ਨਹੀਂ ਚਾਹੀਦਾ ਕਿਸੇ ਵੀ ਚੀਜ਼ ਤੋਂ ਜੇ ਅਸੀਂ ਭੱਜਦੇ ਹਾਂ ਉਹ ਸਾਨੂੰ ਜ਼ਿਆਦਾ ਡਰਾਉਂਦੀ ਹੈ ਤੁਸੀਂ ਖੜੇ ਹੋ ਜਓ ਨਾ ਯਾਰ ਅਸੀਂ ਕਰ ਸਕਦੇ ਹਾਂ ਕਿਉਂ ਅਸੀਂ ਅੰਗਰੇਜ਼ੀ ਤੋਂ ਥੋੜੇ ਡਰਦੇ ਹਾਂ ਪੰਜਾਬੀ ਹੁੰਦੇ ਆ ਅਸੀਂ ਠੀਕ ਹੈ ਪੰਜਾਬੀ ਸਾਡੀ ਮਾਂ ਬੋਲੀ ਹੈ ਪਰ ਡਰਨਾ ਥੋੜੀ ਇੱਕ ਦੀ ਜੀਤ ਹੋ ਯਾਰ ਤਾਂ ਕੈਟਾਸਟੋਰਫਿਕ ਮੈਂ ਕੋਸ਼ਿਸ਼ ਕਰੂੰਗਾ ਨਾਲ ਨਾਲ ਪੰਜਾਬੀ ਦੇ मीनिंग ਪਾਉਂਗਾ ਮੈਂ ਸੌਖੇ ਸ਼ਬਦ ਨਹੀਂ ਪਾਉਂਗਾ ਕਿਉਂਕਿ ਅਦਰਵਾਈ ਤਾਂ ਸਿੱਖਾਂਗੇ ਨਹੀਂ ਹੁਣ ਟੈਕਨੀਕਲ ਕਲਪਾਸ਼ਾ ਚੋ ਹੋ ਸਾਨੂੰ ਇੰਗਲਿਸ਼ ਔਖੇ ਸ਼ਬਦ ਪੁੱਛੀ ਜਾਵੇ ਤੇ ਸਾਨੂੰ ਆਉਣਾ ਫਰਸਵਾ ਥੋੜੀ ਆਉਂਦਾ ਜਿਹੜਾ ਮਰਜ਼ੀ ਪੁੱਛ ਲੈ ਉਹਨੂੰ ਡਰ ਹੋਣਾ ਨਹੀਂ ਸੀਗਾ ਖੜੇ ਆ ਯਾਰ ਪੁੱਛ ਜਿਹੜਾ ਕੁਝ ਪੁੱਛਣਾ ਠੀਕ ਹੈ ਪੁੱਛ ਉਹਨੂੰ ਗਏ ਤਾਂ ਕੈਟਾਸਟੋਰਫਿਕ ਜੇ ਕਹਿੰਦਾ ਮਿਸਿੰਗ ਡੈਡਲਾਈਨ ਕੈਨ ਲੀਡਸ ਟੂ ਕੈਟਾਸਟੋਰਫਿਕ ਕਨਸੀਕਵੈਂਸ ਕੈਟਾਸਟੋਰਫਿਕ ਦਾ ਮਤਲਬ ਹੁੰਦਾ ਹੈ causing sudden and very great harm or destruction ਜਿਵੇਂ ਪੁਚਾਰ ਆ ਜਾਂਦਾ ਹੈ ਕੈਟਾਸਟ੍ਰੋਫਿਕ ਕਨਸੀਕਵੈਂਸਸ ਹੋ ਜਾਂਦੇ ਨੇ ਸਿਸਟਮ ਫੇਲ ਹੋ ਜਾਂਦਾ ਕਈ ਵਾਰੀ ਜ਼ਿੰਦਗੀ ਵੀ ਚਲੀ ਜਾਂਦੀ ਹੈ ਹਨਾ ਸੋ ਜੇ ਕਹਿੰਦਾ ਰੀਅਲ ਟਾਈਮ ਹਾਰਡ ਰੀਅਲ ਟਾਈਮ ਦੇ ਵਿੱਚ ਡੈਡਲਾਈਨ ਫੇਲ ਹੁੰਦੀ ਹੈ ਤਾਂ ਨੁਕਸਾਨ ਹੋ ਜਾਂਦਾ ਗਰੰਟੀ ਕੀ ਹੈ ਟਾਸਕ ਆਰ ਗਰੰਟੀਡ ਟੂ ਕੰਪਲੀਟਡ ਵਿਦੀਨ देयर ਡੈਡਲਾਈਨ 노 ਮੈਟਰ ਵਟ ਕੋਈ ਵੀ ਡੈਡਲਾਈਨ ਹੋਵੇ ਕਹਿੰਦਾ ਉਹਨੇ ਵਿੱਚ ਉਹ ਕੰਪਲੀਟ ਹੋਣਾ ਚਾਹੀਦਾ ਸ਼ਡਿਊਲਿੰਗ ਯੂਜ਼ ਸਟੈਟਿਕ ਪ੍ਰਾਇੋਰਟੀ ਬੇਸਡ ਸ਼ਡਿਊਲਿੰਗ ਵਿਦ ਪ੍ਰੀਮਪਸ਼ਨ ਪ੍ਰੀਮਪਸ਼ਨ ਦਾ ਮਤਲਬ ਹੁੰਦਾ ਹੈ ਪ੍ਰੇਮਟ ਕਰਨਾ ਰੋਕਣਾ ਕੋਈ ਪਹਿਲਾਂ ਚੀਜ਼ ਚੱਲ ਰਹੀ ਹੈ ਜਿਵੇਂ ਆਪਣੇ ਇਹਦੀ ਬੜੀ ਮੈਨੂੰ ਐਗਜ਼ਾਮਪਲ ਯਾਦ ਆ ਗਈ ਕਿ ਜਦੋਂ ਐਮਐਲਏ ਮੰਤਰੀ ਆਉਂਦੇ ਨੇ ਉਹ ਬਾਕੀ ਟ੍ਰੈਫਿਕ ਨੂੰ ਰੋਕ ਕੇ ਉਹਨੂੰ ਨੰਗਾ ਦਿੰਦੇ ਨੇ ਤਾਂ ਉਹ ਪ੍ਰੀਮਪਟ ਕਰ ਦਿੰਦੇ ਨੇ ਬਾਕੀ ਟ੍ਰੈਫਿਕ ਨੂੰ ਤੇ ਨੋਨ ਪ੍ਰੀਮਪਸ਼ਨ ਦਾ ਮਤਲਬ ਹੁੰਦਾ ਹੈ ਕੰਪਿਊਟਰ ਦੇ ਵਿੱਚ ਸ਼ਡਿਊਲਿੰਗ ਕਰਦੇ ਆ ਨਾ ਵੀ ਕਿਹੜੀ ਪ੍ਰੋਸੈਸ ਕਿਵੇਂ ਪਹਿਲਾਂ ਚੱਲੂਗੀ ਤਾਂ ਇਹ ਕੀ ਕਰ ਦਿੰਦਾ ਇੰਟਰਰਪਟ ਕਰ ਦਿੰਦਾ ਲੋ ਪ੍ਰਾਇੋਰਟੀ ਦੀਆਂ ਨੂੰ ਹੁਣ ਆਮ ਇਨਸਾਨ ਚੱਲਦੇ ਨੇ ਆਮ ਲਾਈਫ ਦੇ ਵਿੱਚ ਉਹਨਾਂ ਵਿਚਾਰਿਆਂ ਦੀ ਪ੍ਰਾਇੋਰਟੀ ਆਪਾਂ ਵੀ ਉਹਦੇ ਵਿੱਚ ਹੀ ਆ ਪ੍ਰਾਇੋਰਟੀ ਘੱਟ ਹੁੰਦੀ ਹੈ ਸਾਨੂੰ ਇੰਟਰਰਪਟ ਕਰਕੇ ਪਾਸੇ ਕਰ ਦਿੰਦੇ ਗੋਦੀ ਜਾ ਕੇ ਪਾਸੇ ਵਿਰ੍ਹਾ ਦਿੰਦੇ ਤੁਸੀਂ ਉਠਾਇਆ ਕਰੋਗੇ ਐਸਆਈ ਵਗੈਰਾ ਲੱਗੋਗੇ ਕੌਨਸਟੇਬਲ ਹਨਾ ਤੁਹਾਡੀ ਡਿਊਟੀ ਹੋਇਆ ਕਰੋ ਇਹ ਬੰਦੇ ਪਾਸੇ ਕਰਨੇ ਸੋ ਉੱਥੇ ਕੀ ਹੈ ਸ਼ੈਡਿਊਲਿੰਗ ਚੱਲਦੀ ਹੈ ਜਿਹਦੀ ਪ੍ਰਾਇੋਰਟੀ ਹਾਈ ਹੈ ਉਹੀ ਪਹਿਲਾਂ ਚੱਲੂਗਾ ਐਗਜ਼ਾਮਪਲਸ ਕੀ ਨੇ ਯੂਜ਼ਡ ਇਨ ਐਵੀਓਨਿਕਸ ਮੈਡੀਕਲ ਡਿਵਾਈਸ ਨਿਊਕਲੀਅਰ ਪਾਵਰ ਪੁਆਇੰਟ ਆ ਤਾਂ ਤੁਹਾਨੂੰ ਪਤਾ ਹੈ ਨਿਊਕਲੀਅਰ ਪਾਵਰ ਪੁਆਇੰਟ ਕੀ ਹੈ ਮੈਡੀਕਲ ਡਿਵਾਈਸ ਵੀ ਹੈ ਹਨਾ ਐਵੀਓਨਿਕਸ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਐਵੀਓਨਿਕਸ ਹੁੰਦਾ ਹੈ ਆ ਦੇਖੋ ਇਹਦੇ ਵੀ ਮੈਂ ਤੁਹਾਨੂੰ मीनिंग ਲਿਖੇ ਹੋਏ ਨੇ ਦੀ ਸਾਇੰਸ ਐਂਡ ਟੈਕਨੋਲੋਜੀ ਆਫ ਦੀ ਇਲੈਕਟ੍ਰੋਨਿਕਸ ਡਿਵਾਈਸ ਯੂਜ਼ਡ ਇਨ ਐਰੋਨੋਟਿਕਸ ਐਂਡ ਐਸਟਰੋਨੋਟ ਐਰੋਨੋਟਿਕਸ ਤੇ ਐਸਟਰੋਨੋਟਿਕਸ ਐਰੋਨੋਟਿਕਸ ਤਾਂ ਆਪਾਂ ਨੂੰ ਪਤਾ ਹੈ ਜਿਹੜੇ ਏਅਰਕ੍ਰਾਫਟ ਦੇ ਨਾਲ ਡੀਲ ਕਰਦੇ ਨੇ ਤੇ ਐਸਟਰੋਨੌਟ ਜਿਹੜੇ ਸਪੇਸ ਨਾਲ ਡੀਲ ਕਰਦੇ ਨੇ ਇੱਥੇ ਜਿਹੜੇ ਡਿਵਾਈਸ ਵਰਤੇ ਜਾਂਦੇ ਨੇ ਇਹਨਾਂ ਦੇ ਵਿੱਚ ਇਹ ਹਾਰਡ ਰੀਅਲ ਟਾਈਮ ኦਪਰੇਟਿੰਗ ਸਿਸਟਮ ਵਰਤੇ ਜਾਂਦੇ ਹਨ ਅਗਲਾ ਆਏਗਾ ਸੌਫਟ ਰੀਅਲ ਟਾਈਮ ਟਾਈਮ ਇੰਕਸਟ੍ਰੀਮਡ ਕੀ ਹੈ ਲੈਸ ਸਟ੍ਰਿਕਟ ਦੈਨ ਹਾਰਡ ਰੀਅਲ ਟਾਈਮ ਬਟ ਸਟਿਲ ਇੰਪੋਰਟੈਂਟ ਉਹਨਾਂ ਨਾਲੋਂ ਘੱਟ ਹੈ ਪਰ ਐ ਨਹੀਂ ਹੈਗਾ ਜਿਹੜੇ ਆਮ ኦਪਰੇਟਿੰਗ ਸਿਸਟਮ ਵਰਤਦੇ ਆਪਾਂ ਉਹਨਾਂ ਨਾਲੋਂ ਜ਼ਿਆਦਾ ਮਿਸਿੰਗ ਡੈਡਲਾਈਨ ਮੇ ਨਾਟ ਕੈਟਾਸਟ੍ਰੋਫਿਕ ਕਹਿੰਦਾ ਜੀ ਡੈਡਲਾਈਨ ਮਿਸ ਕਰਤੀ ਕੋਈ ਕੈਟਾਸਟ੍ਰੋਫਿਕ ਸਰਡਨ ਇਨਾ ਨੁਕਸਾਨ ਨਹੀਂ ਹੁੰਦਾ ਬਟ ਡੀਗ੍ਰੇਡ ਪਰਫਾਰਮੈਂਸ অর ਯੂਜ਼ਰ ਐਕਸਪੀਰੀਅੰਸ ਤਬ ਯੂਜ਼ਰ ਦਾ ਐਕਸਪੀਰੀਅੰਸ ਖਰਾਬ ਕਰ ਦਿੰਦਾ ਜਿਵੇਂ ਆਪਾਂ ਆਨਲਾਈਨ ਪੇਮੈਂਟ ਕਰਦੇ ਆ ਜੇ ਪੇਮੈਂਟ ਨਹੀਂ ਵੀ ਹੁੰਦੀ ਤਾਂ ਕੀ ਹੋ ਜਾਂਦਾ ਨੁਕਸਾਨ ਬੜਾ ਨਹੀਂ ਹੁੰਦਾ ਪਰ ਯੂਜ਼ਰ ਦਾ ਪਰਫਾਰਮੈਂਸ ਘਟ ਜਾਂਦੀ ਹੈ ਤੇ ਯੂਜ਼ਰ ਦਾ ਐਕਸਪੀਰੀਅੰਸ ਆਉਂਦਾ ਵੀ ਯਾਰ ਨਜ਼ਾਰਾ ਆ ਨਹੀਂ ਉਹਦਾ ਫਿੱਕੀ ਪਤਾ ਕਦੋਂ ਫੇਲ ਹੋ ਜੀ ਹੈਨਾ ਸੋ ਇਸ ਤਰੀਕੇ ਨਾਲ ਗਰੰਟੀ ਟਾਸਕਰ ਨਾਟ ਗਰੰਟੀਡ ਟੂ ਆਲਵੇਜ਼ ਮੀਟ ਡੈਡਲਾਈਨ ਕਹਿੰਦਾ ਜ਼ਰੂਰੀ ਨਹੀਂ ਹਮੇਸ਼ਾ ਡੈਡਲਾਈਨ ਨੂੰ ਮੀਟ ਕਰਨਗੇ ਬਟ OS ਸਟ੍ਰਾਈਵ ਟੂ ਮੀਟ ਥੈਮ ਐਜ਼ ਮੱਚ ਐਜ਼ ਪੋਸੀਬਲ OS ਸਟ੍ਰਾਈਵਸ ਹੁੰਦਾ ਕੋਸ਼ਿਸ਼ ਕਰਦਾ ਜਿੰਨੀ ਹੋ ਸਕੇ ਪੂਰੀ ਕਰਨ ਦੇ ਲਈ ਸ਼ੈਡਿਊਲਿੰਗ ਮੇ ਯੂਜ਼ ਡਾਇਨਾਮਿਕ ਔਰ ਪ੍ਰੋਬਲੈਸਟਿਕ ਪ੍ਰੋਬਲੈਸਟਿਕ ਸ਼ੈਡਿਊਲਿੰਗ ਐਲਗੋਰਿਦਮ ਵਿਦ ਲੈਸ ਪ੍ਰੀਮਪਸ਼ਨ ਕਹਿੰਦਾ ਘੱਟ ਹੀ ਚਾਂਸ ਹੁੰਦੇ ਨੇ ਉਹ ਜਿਵੇਂ ਸੀਐਮਐਮ ਕਈ ਦੇਸ਼ਾਂ ਦੇ ਵਿੱਚ ਸੀਐਮਐਮ ਹੁੰਦੇ ਨੇ ਵੀ ਜੇ ਲੋਕ ਨੰਗ ਰਹੇ ਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਰੋਕੋ ਨਾ ਇਹਨਾਂ ਨੂੰ ਨੰਗਣ ਦਿਓ ਬਾਰੀ ਮਦਾਵ ਕੀ ਜਾਵਾਂਗੇ ਠੀਕ ਹੈ ਸ਼ਡਿਊਲਿੰਗ ਉਮੀ ਹੁੰਦੀ ਹੈ ਐਗਜ਼ਾਮਪਲਸ ਕੀ ਨੇ ਮਲਟੀਮੀਡੀਆ ਪਲੇਬੈਕ ਹੋ ਗਿਆ ਜੇ ਵੀਡੀਓ ਕਾਨਫਰੈਂਸਿੰਗ ਕਰ ਰਹੇ ਹਾਂ ਜੇ ਵੀਡੀਓ ਕਾਨਫਰੈਂਸਿੰਗ ਦੇ ਵਿੱਚ ਵੀਡੀਓ ਟੁੱਟ ਗਈ ਤਾਂ ਨੁਕਸਾਨ ਤਾਂ ਨਹੀਂ ਹੁੰਦਾ ਪਰ ਯੂਜ਼ਰ ਦਾ ਐਕਸਪੀਰੀਅੰਸ ਵੀ ਵਧੀਆ ਨਹੀਂ ਹੈ ਇੰਡਸਟਰੀਅਲ ਆਟੋਮੇਸ਼ਨ ਹੈ ਕੋਈ ਕੌਲੀਆਂ ਬਣਾ ਰਿਹਾ ਜੱਗ ਬਣਾ ਰਿਹਾ ਦੋ ਚਾਰ ਜੱਗ ਗਲਤ ਵੀ ਬਣ ਗਏ ਤਾਂ ਫਾਈਨੈਂਸ਼ੀਅਲੀ ਲਾਸ ਹੋਇਆ ਜਾਨ ਮਾਲ ਦਾ ਖਤਰਾ ਨਹੀਂ ਜਾਨ ਦਾ ਖਤਰਾ ਨਹੀਂ ਆਊਗਾ ਠੀਕ ਹੈ ਲਾਈਫ ਫੇਲਰ ਨਹੀਂ ਹੈ ਸੋ ਇਹ ਹੈ ਸੌਫਟ ਰੀਅਲ ਟਾਈਮ ਅਗਲਾ ਇੱਕ ਹੁੰਦਾ ਹੈ ਫਰਮ ਰੀਅਲ ਟਾਈਮ ਜਿਹੜਾ ਕਿ ਦੋਨਾਂ ਦਾ ਕੰਬੀਨੇਸ਼ਨ ਹੁੰਦਾ ਹੈ ਮਿਕਸ ਆਫ ਹਾਰਡ ਐਂਡ ਸੌਫਟ ਠੀਕ ਹੈ ਸੋ ਇਹ ਉਮੀ ਹੈ ਬਸ ਐਗਜ਼ਾਮਪਲ ਇਹਦੀਆਂ ਵੀ ਨੇ ਰੋਬੋਟਿਕਸ ਦੇ ਵਿੱਚ ਹੋ ਗਿਆ ਆਟੋਮੋਟਿਵ ਸਿਸਟਮ ਹੋ ਗਿਆ ਪ੍ਰੋਸੈਸ ਕੰਟਰੋਲ ਸਿਸਟਮ ਹੈ ਨਾ ਤਾਂ ਹੁਣ ਪੜੋ ਕੁਐਸਚਨ ਦੁਬਾਰਾ ਦੇਖੋ ਕਿੰਨੀ ਥਿਉਰੀ ਪੜ੍ਹਨੀ ਪੈਂਦੀ ਹੈ ਹੁਣ ਜ਼ਰੂਰੀ ਤਾਂ ਨਹੀਂ ਅਗਲੀ ਵਾਰੀ ਐਵੇਂ ਦਾ ਹੀ ਸਵਾਲ ਪੁੱਛੂਗਾ ਹਨ ਸੋ ਵਿੱਚ ઓਪਰੇਟਿੰਗ ਸਿਸਟਮ ਇਜ਼ ਵੈਰੀ ਸਟ੍ਰਿਕਟ ਅਬਾਊਟ ਟਾਈਮ ਕੰਸਟ੍ਰੇਂਟ ਕਹਿੰਦਾ ਵੈਰੀ ਸਟ੍ਰਿਕਟ ਸ਼ਬਦ ਵਰਤ ਗਿਆ ਵੈਰੀ ਸਟ੍ਰਿਕਟ ਦੇ ਵਿੱਚ ਸੌਫਟ ਹੈ ਕਿ ਹਾਰਡ ਹੈ ਤਾਂ ਹਾਰਡ ਰੀਅਲ ਟਾਈਮ ઓਪਰੇਟਿੰਗ ਸਿਸਟਮ ਠੀਕ ਹੈ ਜੀ ਗੱਲ ਕਲੀਅਰ ਹੋਈ ਸੋ ਜੇਕਰ ਤੁਸੀਂ ਚਾਹੋ ਨਿਓ ਵੀ ਇਸ ਤਰ੍ਹਾਂ ਦੀ ਹਰ ਇੱਕ ਟਾਪਿਕ ਦੀ ਜਿਵੇਂ ਹੁਣ ਆਪਾਂ ਬੈਚ ਤੇ ਨੈਟਵਰਕ ਛੱਡਤਾ ਜੇ ਹੁਣ ਮੈਂ ਬੈਚ ਵੀ ਇੱਥੇ ਕਰਾਉਣ ਲੱਗ ਜਾ ਨੈਟਵਰਕ ਵੀ ਇੱਥੇ ਕਰਾਉਣ ਲੱਗ ਜਾ ਬੈਚ ਕਿਸੇ ਹੋਰ ਟਾਪਿਕ ਦਾ ਮਤਲਬ ਹੋਰ ਟਾਪਿਕ ਨੂੰ ਬਿਲੋਂਗ ਕਰਦਾ ਨੈਟਵਰਕ ਹੋ ਟਾਪਿਕ ਦਾ ਤਾਂ ਵੱਖੋ ਵੱਖਰੇ ਟਾਪਿਕ ਹੋਗੇ ਜਿਹਦੇ ਨਾਲ ਤਾਂ ਮੈਨੂੰ ਲੱਗਦਾ ਵੀ ਇੱਕੋ ਹੀ ਕੁਐਸਚਨ ਪੂਰਾ ਕਰਾਂਗੇ ਹਨਾ ਤਾਂ ਇਸੇ ਕਰਕੇ ਹੀ ਆਪਾਂ ਕੋਰਸ ਡਿਜ਼ਾਈਨ ਕੀਤਾ ਜਿਹਦੇ ਵਿੱਚ ਟੋਟਲ 33 ਚੈਪਟਰ ਨੇ ਤੇ ਹਰੇਕ ਚੈਪਟਰ ਦੇ ਵਿੱਚ 22 ਤੋਂ 25 ਵੀਡੀਓ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਬਹੁਤ ਲੈਂਥੀ ਇੱਕ ਐਸਾ ਬਹੁਤ ਡੀਪ ਲੈਵਲ ਦਾ ਜਿਵੇਂ ਨਾਮ ਤੋਂ ਹੀ ਕਲੀਅਰ ਹੈ ਦਾ ਐਵਰੇਸਟ ਹਨਾ ਤਾਂ ਫਿਰ ਇਸ ਤੋਂ ਉੱਪਰ ਕੁਝ ਵੀ ਨਹੀਂ ਮੈਨੂੰ ਨਹੀਂ ਲੱਗਦਾ ਵੀ ਇਸ ਤੋਂ ਜ਼ਿਆਦਾ ਕੋਈ ਉੱਪਰ ਡਿਟੇਲ ਦੇ ਵਿੱਚ ਤੁਹਾਨੂੰ ਕਿਤੇ ਹੋਰ ਕੋਰਸ ਮਿਲੂਗਾ ਹਨਾ ਅਗਰ ਤੁਸੀਂ ਚਾਹੁੰਦੇ ਹੋ ਤਾਂ ਹਜੇ ਵੀ ਡਿਸਕਾਊਂਟ ਹੈ ਸਾਡੇ ਕੋਲੇ ਤਾਂ ਤੁਸੀਂ ਅਨਰੋਲ ਕਰ ਸਕਦੇ ਹੋ ਇਹ ਇੱਕ ਇੱਕ ਅੱਧਾ ਦਿਨ ਦੇ ਵਿੱਚ ਖਤਮ ਹੋ ਜਾਣਾ ਸੋ ਕੋਰਸ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਅਗਲਾ ਸਵਾਲ ਵਿੱਚ ਯੂਨਿਟ ਇ ਇਸ ਯੂਜ਼ ਟੂ ਮੈਜ਼ਰ ది ਨੰਬਰ ਆਫ ਸਾਈਕਲ ਪਰ ਸੈਕਿੰਡ ਐਗਜ਼ੀਕਿਊਟਿਡ ਬਾਈ ਦਾ ਸੀਪੀਯੂ ਸੀਪੀਯੂ ਦੁਬਾਰਾ ਨੰਬਰ ਆਫ ਸਾਈਕਲਸ ਪਰ ਸੈਕਿੰਡ ਦੇ ਵਿੱਚ ਐਗਜ਼ੀਕਿਊਟ ਕਰਦੇ ਉਹਨੂੰ ਕੀ ਕਹਿੰਦੇ ਨੇ ਵੈਸੇ ਤਾਂ ਸਪੀਡ ਹੁੰਦੀ ਹੈ ਸੀਪੀਯੂ ਦੀ ਹੈ ਨਾ ਚਲੋ ਆਪਾਂ ਦੇਖ ਲੈਂਦੇ ਆ ਸਪੀਡ ਆਫ CPU ਦਾ ਯੂਨਿਟ ਯੂਜ਼ ਟੂ ਮੈਜ਼ਰ ਦੀ ਨੰਬਰ ਆਫ ਸਾਈਕਲ ਪਰ ਸੈਕਿੰਡ ਐਗਜ਼ੀਕਿਊਟਡ ਬਾਈ ਦਾ CPUਸ ਹਰਟਸ ਇੱਕ ਸੈਕਿੰਡ ਦੇ ਵਿੱਚ ਕਿੰਨੇ ਸੌਰੀ ਇੱਕ ਸੈਕਿੰਡ ਦੇ ਵਿੱਚ ਕਿੰਨੇ ਸਾਈਕਲ CPU ਐਗਜ਼ੀਕਿਊਟ ਕਰਦਾ ਉਹਨੂੰ ਹਰਟਸ ਦੇ ਵਿੱਚ ਮੈਜ਼ਰ ਕਰਦੇ ਆ ਠੀਕ ਹੈ ਦੀ ਟਰਮ ਹਰਟਸ ਰਿਪਰੈਜ਼ੈਂਟ ਦੀ ਫ੍ਰੀਕੁਐਂਸੀ ਆਫ ਪੀਰੀਆਡਿਕ ਸਿਗਨਲ ਐਂਡ ਇਜ਼ ਇਕੁਇਵਲੈਂਟ ਟੂ 1 ਸਾਈਕਲ ਪਰ ਸੈਕਿੰਡ ਤਾਂ ਆਪਾਂ ਇਹ ਕਹਿ ਸਕਦੇ ਹਾਂ ਇੱਥੋਂ ਲੈ ਕੇ ਇਹ ਫ੍ਰੀਕੁਐਂਸੀ ਹੈ ਆ ਇੱਕ ਸਾਈਕਲ ਹੋ ਗਿਆ ਇਸ ਨੂੰ ਆਪਾਂ ਫ੍ਰੀਕੁਐਂਸੀ ਬੋਲਦੇ ਹਾਂ ਫ੍ਰੀਕੁਐਂਸੀ ਤੇ ਇਹ 1/ਟਾਈਮ ਦੇ ਰਿਲੇਸ਼ਨ ਦੇ ਵਿੱਚ ਹੁੰਦੀ ਹੈ 1/ਟਾਈਮ ਚਲੋ ਬਹਾਲੀ ਡਿਟੇਲ ਦੀ ਲੋੜ ਨਹੀਂ ਹੈ ਸਿੰਪਲ ਹੀ ਰੱਖਦੇ ਆਪਾਂ ਠੀਕ ਹੈ ਇਨ ਦੀ ਕੰਟੈਕਸਟ ਆਫ CPU ਕਲੌਕ ਸਪੀਡ ਇਟ ਇੰਡੀਕੇਟਸ ਹਾਊ ਮਨੀ ਇਨਸਟਰਕਸ਼ਨ ਆਰ ਆਪਰੇਸ਼ਨ the cpu can execute in one second ehe kenda ehi dasda bi ek second de vich jehdi cpu clock speed hundi hai dasdi hai bi ek second de vich kinne operations cpu execute karda te commonly it can be megahertz e megahertz ho sakda hai gigahertz ho sakda hai ek kilohertz bhi ho sakda hai gigahertz bhi ho sakda hai theek hai aa ਫੋਰ ਇਗਜ਼ਾਮਪਲ CPU ਕਲੌਕ ਸਪੀਡ 2.4 ਗੀਗਾਹਰਟਜ਼ ਜਨਰਲੀ ਜਿਹੜੇ ਆਪਣੇ ਕੋਲੇ ਲੈਪਟਾਪ ਨੇ ਉਹਨਾਂ ਦੀ ਸਪੀਡ ਕਿੰਨੀ ਹੁੰਦੀ ਹੈ 2.4 ਗੀਗਾਹਰਟਜ਼ ਇਟ ਮੀਨਸ 2.4 ਬਿਲੀਅਨ ਸਾਈਕਲ ਹੈ ਐਗਜ਼ੀਕਿਊਟ ਕਰ ਸਕਦੇ ਨੇ ਮੈਗਾਹਰਟਜ਼ ਕਿਹਦੇ ਬਰਾਬਰ ਹੁੰਦਾ ਹੈ ਮਿਲੀਅਨ ਹਰਟਸ ਦੇ ਗੀਗਾਹਰਟਜ਼ ਕਿਹਦੇ ਬਰਾਬਰ ਹੁੰਦਾ ਬਿਲੀਅਨ ਦੇ ਮਿਲੀਅਨ ਦੇ ਵਿੱਚ 10 ਦੀ ਪਾਵਰ 6 ਜ਼ੀਰੋਆਂ ਹੁੰਦੀਆਂ ਨੇ ਹੈਨਾ ਤੇ ਬਿਲੀਅਨ ਦੇ ਵਿੱਚ 10 ਦੀ ਪਾਵਰ 9 ਜ਼ੀਰੋਆਂ ਹੁੰਦੀਆਂ ਨੇ ਠੀਕ ਹੈ ਸੋ ਇਹ ਹੈ CPU ਹੈ ਦੀ ਬਹੁਤ ਜ਼ਿਆਦਾ ਸਪੀਡ ਹੈ CPU ਵੈਸੇ ਆਪਾਂ ਸਾਰੇ ਵੱਡੇ ਸਾਰੇ ਡੱਬੇ ਨੂੰ ਹੀ CPU ਕਹਿੰਦੇ ਨੇ ਉਹ ਬਾਕਸ ਜਾਂ ਕੇਸ ਹੁੰਦਾ ਹੈ CPU ਸਿਰਫ ਇੰਨਾ ਕੀ ਹੁੰਦਾ ਹੈ ਉਹਦੇ ਵਿੱਚ ਠੀਕ ਹੈ ਸਿਸਟਮ ਦੇ ਵਿੱਚ ਸੋ ਇਹ ਕਿਹੜਾ ਯੂਨਿਟ ਹੁੰਦਾ ਹੈ ਮੈਗਾਹਰਟਜ਼ ਵੀ ਆਨਸਰ ਠੀਕ ਆ ਗੀਗਾਹਰਟਜ਼ ਵੀ ਆਨਸਰ ਠੀਕ ਆ ਤੇ ਦੀ origignal ਆਨਸਰ ਕੀ ਆਈ ਨਹੀਂ ਸੀਗੀ ਕਿਉਂਕਿ ਪੇਪਰ ਕੈਨਸਲ ਹੋ ਗਿਆ ਸੀ ਇਹ ਤਾਂ ਜੋ ਪਹਿਲੀ ਆਨਸਰ ਕੀ ਆਈ ਸੀ ਆਬਜੈਕਸ਼ਨਾਂ ਵੀ ਲੱਗਣੀਆਂ ਸੀ ਉਹਦੇ 'ਚ ਇਹ ਕੁਐਸਚਨ ਸੈੱਟ ਹੋ ਜਾਣਾ ਸੀ ਤਾਂ ਆਨਸਰ ਉਹਨੇ D ਦਿੱਤਾ ਹੋਇਆ ᱜਿਵਨ ਆਨਸਰ ਇਜ਼ D ਬਟ ਬੋਥ A ਐਂਡ D ਬੋਥ ਆਰ ਕਰੈਕਟ ਆਨਸਰ ਠੀਕ ਹੈ ਜੇ ਕਿਲੋਹਰਟਸ ਹੁੰਦਾ ਤਾਂ ਉਹ ਵੀ ਆਨਸਰ ਠੀਕ ਸੀਗਾ ਕਲੀਅਰ ਹੋਈ ਗੱਲ ਠੀਕ ਨੈਕਸਟ ਹੈ ਵਿਚ ਕੈਟਾਗਰੀ ਆਫ ਕੀਜ਼ ਆਰ ਇਨ ਟੌਪ ਆਫ ਰੋ ਆਫ ਕੀਬੋਰਡ ਕੀਬੋਰਡ ਦੇ ਟੌਪ ਤੇ ਇਡਿੰਗਾਂ ਕੀਜ਼ ਹੁੰਦੀਆਂ ਨੇ ਉਹ ਕਿਹੜੀਆਂ ਹੁੰਦੀਆਂ ਨੇ ਪਹਿਲਾਂ ਤਾਂ ਕੀਬੋਰਡ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਇਹ ਕੀਬੋਰਡ ਦੇ ਵਿੱਚ ਐਸਕੇਪ ਕੀ ਹੁੰਦੀ ਹੈ ਇਹ ਨੈਵੀਗੇਸ਼ਨਸ ਹੁੰਦੀਆਂ ਨੇ ਇਹ ਬੈਕਸਪੇਸ ਕੀ ਹੈ ਹੈਨਾ ਵਿੰਡੋ ਕੀ ਆਲਟ ਹੋ ਗਈਆਂ ਕੰਟਰੋਲ ਕੀ ਹੋ ਗਈਆਂ ਡਾਇਰੈਕਸ਼ਨਲ ਜਿਨ੍ਹਾਂ ਨੂੰ ਐਰੋ ਵੀ ਬੋਲ ਦਿੰਦੇ ਆ ਨੰਮੈਰਿਕ ਕੀ ਆਹ ਬਾਣੀਆਂ ਨੇ ਆਹ ਬੋਲਦਾ ਟਾਪ ਆਫ ਦੀ ਰੋ ਤੇ ਕੀ ਨੂੰ ਕੀ ਬੋਲਦੇ ਤੇ ਇਹ ਫੰਕਸ਼ਨ ਕੀ ਨੇ ਹੈਨਾ ਫੰਕਸ਼ਨ ਕੀ ਕਲੀਅਰ ਅਲਫਾਬੈਟ ਤਾਂ ਨਹੀਂ ਹੁੰਦੀਆਂ ਅਲਫਾਬੈਟ ਤਾਂ ਆਹ ਵਾਲੀਆਂ ਹੋ ਗਈਆਂ ਆਹ ਅਲਫਾਬੈਟ ਨੇ ਸਾਰੇ ਹੈਨਾ ਤੇ ਨੰਮੈਰਿਕ ਆਹ ਵਾਲੀਆਂ ਨੇ ਸਾਈਡ ਤੇ ਤੇ ਕੈਪਸਲੋਕ ਇੱਥੇ ਜੇ ਹੁੰਦਾ ਵੱਡਾ ਕਰਨ ਵਾਲਾ ਆਹ ਸੀਗਾ ਕੈਪਸਲੋਕ ਇਹ ਵੀ ਨਹੀਂ ਟੌਪ ਤੇ ਤੇ ਫੰਕਸ਼ਨ ਕੀ ਉਹਨੇ ਪੁੱਛਿਆ ਕਿ ਇਹ ਕੈਟਾਗਰੀ ਇਨ ਦੀ ਟੌਪ ਰੋ ਟੌਪ ਰੋ ਆਫ ਦੀ ਕੀਬੋਰਡ ਤਾਂ ਟੌਪ ਰੋ ਦੀ ਗੱਲ ਕਰਦਾ ਨਾ ਆਹ ਟੌਪ ਰੋ ਹੈਗੀ ਤੇ ਇਹਦੇ ਵਿੱਚ ਫਿਰ ਇੱਕੋ ਹੀ ਬਚਿਆ ਫੰਕਸ਼ਨ ਕੀ ਕਲੀਅਰ ਹੋਈ ਗੱਲ ਅਗਲਾ ਸਵਾਲ ਸੈਕੰਡ ਜਨਰੇਸ਼ਨ ਕੰਪਿਊਟਰ ਯੂਜ਼ ਡੈਸ਼ ਲੈਂਗੁਏਜ ਕਹਿੰਦਾ ਦੂਜੀ ਪੀੜ੍ਹੀ ਦਾ ਕੰਪਿਊਟਰ ਕਿਹੜੀ ਭਾਸ਼ਾ ਵਰਤਦਾ ਕੀ ਅਸੈਂਬਲੀ ਲੈਂਗੁਏਜ ਹੈ ਸਕ੍ਰਿਪਟਿੰਗ ਹੈ ਹਾਈ ਲੈਵਲ ਲੈਂਗੁਏਜ ਹੈ ਬਾਈਨਰੀ ਬਾਈਨਰੀ ਤਾਂ ਨਹੀਂ ਹੈ ਫਰਸਟ ਫਰਸਟ ਦੇ ਵਿੱਚ ਹੈ ਹਾਈ ਲੈਵਲ ਥਰਡ ਦੇ ਵਿੱਚ ਹੈ ਸਕ੍ਰਿਪਟਿੰਗ ਤਾਂ ਅਗੇ ਹਾਈ ਲੈਵਲ ਦਾ ਹੀ ਪਾਰਟ ਹੈ ਸੋ ਅਸੈਂਬਲੀ ਲੈਂਗੁਏਜ ਆਨਸਰ ਏ ਹੈ ਇਹਦਾ ਤਾਂ ਆਪਾਂ ਦੇਖ ਸਕਦੇ ਹਾਂ ਫਸਟ ਜਨਰੇਸ਼ਨ ਦੇ ਵਿੱਚ ਲੋ ਲੈਵਲ ਲੈਂਗੁਏਜ ਜਿਹਨੂੰ ਮਸ਼ੀਨ ਵੀ ਬੋਲਦੇ ਆ ਜਾਂ ਜਿਹਨੂੰ ਬਾਈਨਰੀ ਲੈਂਗੁਏਜ ਵੀ ਕਿਹਾ ਜਾਂਦਾ ਇਹਦੇ ਵਿੱਚ ਵੀ ਲੋ ਹੈ ਦੂਜੇ ਵਿੱਚ ਵੀ ਲੋ ਹੈ ਇਹ ਲੋ ਦੀਆਂ ਹੀ ਟਾਈਪ ਨੇ ਲੋ ਦੀ ਟਾਈਪ ਮਸ਼ੀਨ ਲੈਂਗੁਏਜ ਵੀ ਹੈ ਲੋ ਦੀ ਟਾਈਪ ਅਸੈਂਬਲੀ ਲੈਂਗੁਏਜ ਵੀ ਹੈ ਤਾਂ ਸੈਕੰਡ ਜਨਰੇਸ਼ਨ ਚ ਅਸੈਂਬਲੀ ਉਦੋਂ ਅਗਲੀ 3 ਦੇ ਵਿੱਚ ਹਾਈ ਲੈਵਲ ਆ ਵੀ ਹਾਈ ਲੈਵਲ ਲੈਂਗੁਏਜ ਹੀ ਨੇ ਬਟ ਇਟ ਡੋਮੇਨ ਸਪੈਸਿਫਿਕ ਹੈ ਤੇ ਹਾਈ ਲੈਵਲ AI ਲੈਂਗੁਏਜ ਦਾ ਠੀਕ ਹੈ C C++ ਵਗੈਰਾ ਬੇਸਿਕ ਪਾਸਕਲ ਇਹਨਾਂ ਤੇ ਵੀ ਸਵਾਲ ਕਈ ਵਾਰੀ ਬਣ ਜਾਂਦਾ ਵੀ ਬੇਸਿਕ ਪਾਸਕਲ ਤੇ ਫਾਲਟਰ ਹਨ ਕਿਹੜੀ ਕਿਹੜੀ ਜਨਰੇਸ਼ਨ ਦੇ ਵਿੱਚ ਲੈਂਗੁਏਜ ਆਈਆਂ ਸੀ ਠੀਕ ਹੈ ਸੋ ਆਪਾਂ ਨੂੰ ਪੁੱਛਿਆ ਗਿਆ ਸੈਕੰਡ ਜਨਰੇਸ਼ਨ ਦੇ ਵਿੱਚ ਹੀ ਆਨਸਰ ਦੇਵਾਂਗੇ ਆਪਾਂ ਇਹ ਵਾਲਾ ਸੀਗਾ ਆਪਣਾ ਅਸੈਂਬਲੀ ਲੈਂਗੁਏਜ ਕਿਹੜੀ ਚ ਹੈ ਸੈਕੰਡ ਜਨਰੇਸ਼ਨ ਚ ਕਿਹੜੀ ਲੈਂਗੁਏਜ ਹੈ ਅਸੈਂਬਲੀ ਲੈਂਗੁਏਜ ਸੋ ਇਹ ਆਨਸਰ ਹੈ ਠੀਕ ਹੈ ਅਗਲਾ ਸਵਾਲ ਤੇ ਆਖਰੀ ਸਵਾਲ ਇਸ ਇਸ ਲੈਕਚਰ ਦਾ ਇਸ ਕਲਾਸ ਦਾ ਵਿਚ ਪਾਰਟ ਇਜ਼ ਕਾਲਡ ਬ੍ਰੇਨ ਆਫ ਕੰਪਿਊਟਰ ਕਹਿੰਦਾ ਕਿਹੜੇ ਨੂੰ ਬ੍ਰੇਨ ਕਿਹਾ ਜਾਂਦਾ ਕਿ ਮਾਊਸ ਨੂੰ ਕਹਿੰਦੇ ਆ ਨਹੀਂ ਮੋਨੀਟਰ ਨੂੰ ਕਹਿੰਦੇ ਆ ਨਹੀਂ ਕੀਬੋਰਡ ਨੂੰ ਵੀ ਨਹੀਂ ਤਾਂ CPU ਇਜ਼ ਅ ਬ੍ਰੇਨ ਆਫ ਕੰਪਿਊਟਰ ਠੀਕ ਹੈ ਸੋ ਇਹਦਾ ਇਹ CPU ਹੈ ਇਹ ਬ੍ਰੇਨ ਦੀ ਤਰ੍ਹਾਂ ਬਿਹੇਵ ਕਰਦਾ ਇਹ ਅਸਲ ਦੇ ਵਿੱਚ ਬ੍ਰੇਨ ਤਾਂ ਨਹੀਂ ਹੁੰਦਾ ਬ੍ਰੇਨ ਤਾਂ ਹਿਊਮਨਸ ਦੇ ਲਈ ਵਰਤਦੇ ਆ ਆਪਾਂ ਕੰਪਿਊਟਰ ਦੇ ਲਈ ਇਹਨੂੰ ਆਪਾਂ ਮੈਟਾਫੋਰ ਕਹਿ ਸਕਦੇ ਆ ਮੈਟਾਫੋਰ ਦਾ मीनिंग ਹੁੰਦਾ ਮੈਟਾਫੋਰਿਕਲ ਡਿਸਕ੍ਰਿਪਸ਼ਨ ਕਹਿ ਸਕਦੇ ਆ ਮੈਟਾਫੋਰ ਦਾ मीनिंग ਹੁੰਦਾ ਐਨ ਐਕਸਪ੍ਰੈਸ਼ਨ ਆਫਨ ਫਾਊਂਡ ਇਨ ਲਿਟਰੇਚਰ ਲਿਟਰੇਚਰ ਚ ਕਹਿੰਦਾ ਇਹ ਐਕਸਪ੍ਰੈਸ਼ਨ ਐਜ਼ ਅ ਯੂਜ਼ ਕਰਦੇ ਆ ਥੈਟ ਡਿਸਕ੍ਰਾਈਬਸ ਪਰਸਨ অর ਆਬਜੈਕਟ ਬਾਏ ਰੈਫਰਿੰਗ ਟੂ ਸਮਥਿੰਗ ਥੈਟ ਇਜ਼ ਕਨਸੀਡਰਡ ਟੂ ਹੈਵ ਸਿਮਿਲਰ ਕੈਰੈਕਟ੍ਰਿਸਟਿਕਸ ਟੂ ਦਾ ਪਰਸਨ অর ਆਬਜੈਕਟ ਨਹੀਂ ਸਮਝ ਆਇਆ ਤਾਂ ਐਂ ਕਹਿ ਲੋ ਵੀ ਕਿਸੇ ਆਬਜੈਕਟ ਨੂੰ ਦੂਸਰੇ ਆਬਜੈਕਟ ਦੇ ਨਾਮ ਨਾਲ ਬਣਾਉਣਾ ਬੁਲਾਉਣਾ ਕਿਉਂ ਬੁਲਾਉਣਾ ਕਿਉਂਕਿ ਉਹਦੀਆਂ ਪ੍ਰੋਪਰਟੀ ਸਿਮਿਲਰ ਹੋਣ ਜਿਵੇਂ ਮੈਂ ਤੁਹਾਨੂੰ ਇੱਕ ਪੰਜਾਬ ਦੀ ਐਗਜ਼ਾਮਪਲ ਦੇ ਨਾਲ ਲੈ ਮੈਂ ਐਗਜ਼ਾਮਪਲ ਦੇਣਾ ਰੀਅਲ ਲਾਈਫ ਜਿਵੇਂ ਆਪਣੇ ਅਕਾਲੀ ਦਲ ਵਾਲੇ ਸੁਖਵੀਰ ਬਾਦਲ ਉਹਨੀ ਵੱਡੇ ਬਾਦਲ ਨੂੰ ਕਹਿੰਦੇ ਸੀ ਵੀ ਪ੍ਰਕਾਸ਼ ਸਿੰਘ ਬਾਦਲ ਕਿ ਪੰਜਾਬ ਦਾ ਨੈਲਸਨ ਮੰਡੇਲਾ ਹੈਗਾ ਹਨਾ ਤਾਂ ਹੁਣ ਉਹ ਹੈ ਤਾਂ ਹੈ ਨਹੀਂ ਨੈਲਸਨ ਮੰਡੇਲਾ ਨੇਲਸਨ ਮੰਡੇਲਾ ਨੇ 25 26 ਸਾਲ ਜੇਲ੍ਹ ਕੱਟੀ ਆ ਵੀ ਇਹਦੇ ਵਿੱਚ ਉਹ ਵਾਲੀਆਂ ਕੈਰੈਕਟਰਿਸਟਿਕਸ ਨੇ ਹਨਾ ਜਦ ਕੋਈ ਇੰਗਲਿਸ਼ ਵਾਲੇ ਕਹਿੰਦੇ ਹੁੰਦੇ ਆ ਵੀ ਇਹ ਫਲਾਣਾ ਰਾਈਟਰ ਇੰਡੀਆ ਦਾ ਸ਼ੈਕਸਪੀਅਰ ਹੈ ਐਵੇਂ ਜੇ ਕਰਕੇ ਮਤਲਬ ਕਿਸੇ ਹੋਰ ਬੰਦੇ ਦੇ ਨਾਮ ਨਾਲ ਬੁਲਾਉਣਾ ਕਿਉਂਕਿ ਉਹਦੀਆਂ ਪ੍ਰੋਪਰਟੀਆਂ ਨੇ ਤਾਂ ਉਹਨੂੰ ਮੈਟਾਫੋਰ ਫੋਰ ਮੈਟਾਫੋਰਿਕਲ ਡਿਸਕ੍ਰਿਪਸ਼ਨ ਬੋਲਦੇ ਨੇ ਉਵੇਂ ਹੀ CPU ਦੇ ਲਈ ਮੈਟਾਫੋਰਿਕਲ ਡਿਸਕ੍ਰਿਪਸ਼ਨ ਆਪਾਂ ਕਹਿ ਸਕਦੇ ਹਾਂ ਬ੍ਰੇਨ ਹਾਰਟ ਦੇ ਸੋਲ ਹਨਾ ਬ੍ਰੇਨ CPU ਨੂੰ ਕਹਿੰਦੇ ਆ ਹਰਟ ਇਹ ਕੋਈ ਪੱਕੇ ਵੀ ਨਹੀਂ ਹੈਗੇ ਵੈਸੇ ਬ੍ਰੇਨ ਤਾਂ ਪੱਕਾ ਹੀ ਕਹਿੰਦੇ ਆ ਆਪਾਂ ਇਹ ਸਟੈਂਡਰਡ ਡਿਫਾਈਨਡ ਚੀਜ਼ਾਂ ਨਹੀਂ ਹੈਗੀਆਂ ਉਦਾਂ ਹੀ ਮੰਨਦੇ ਆ ਆਪਾਂ ਹਰਟ ਕਈ ਵਾਰੀ ਅ CPU ਨੂੰ ਹੀ ਕਿਹਾ ਜਾਂਦਾ ਸੋਲ ਜਿਹੜਾ ਹੈ ਸੋਲ ਜ਼ਿਆਦਾਤਰ ਸੌਫਟਵੇਅਰ ਜੇ ኦਪਰੇਟਿੰਗ ਸਿਸਟਮ ਨੂੰ ਕਿਹਾ ਜਾਂਦਾ ਠੀਕ ਹੈ ਸੋ ਫਿਰ ਇਹਦਾ ਆਨਸਰ ਡੀ ਹੋ ਗਿਆ ਕਾਲਡ ది ਬ੍ਰੇਨ ਆਫ ਕੰਪਿਊਟਰ ਸੋ ਆਈ ਹੋਪ ਕਿ ਤੁਹਾਨੂੰ ਇਹ ਕਲੀਅਰ ਹੋਇਆ ਹੋਵੇ ਤੀਜਾ ਪਾਰਟ ਸੀਗਾ ਇਸ ਤੋਂ ਬਾਅਦ ਅ ਨੈਕਸਟ ਪਾਰਟ ਆਪਾਂ ਆਉਣ ਵਾਲੀ ਵੀਡੀਓ ਚ ਡਿਸਕਸ ਕਰਾਂਗੇ ਆਈ ਹੋਪ ਤੁਹਾਨੂੰ ਵੀਡੀਓ ਠੀਕ ਲੱਗੀ ਹੋ ਕਮੈਂਟ ਜਰੂਰ ਕਰਿਆ ਕਰੋ ਸ਼ੇਅਰ ਵੀ ਕਰਦਿਆ ਕਰੋ ਹਨਾ ਕਮੈਂਟ ਕਰੋਗੇ ਤਾਂ ਤੁਹਾਡਾ ਜਾਣਾ ਕੁਛ ਨਹੀਂ ਚਾਹੇ ਕੱਲਾ ਹਾਥੀ ਚੱਕ ਦੋ ਜਾਂ ਕੋਸ਼ਿਸ਼ ਕਰ ਦੋ ਪਰ ਉਹਦੇ ਨਾਲ ਇਹ ਹੁੰਦਾ ਵੀ YouTube ਦਾ ਐਲਗੋਰਿਦਮ ਇਸ ਤਰੀਕੇ ਨਾਲ ਕੰਮ ਕਰਦਾ ਜਿੰਨੀ ਸਾਡੀ ਇੰਗੇਜਮੈਂਟ ਲਾਈਕ ਜਰੂਰ ਕਰਦਿਆ ਕਰੋ ਵੀਡੀਓ ਨੂੰ ਹਨਾ ਜਿੰਨੀ ਸਾਡੀ ਇੰਗੇਜਮੈਂਟ ਹੋਊਗੀ ਓਨੀ ਰੀਚ ਵਧੂਗੀ ਕਿਉਂਕਿ ਤੁਹਾਡੀ ਹੈਲਪ ਦੀ ਜ਼ਰੂਰਤ ਹੈ ਤੇ ਜੇ ਤੁਹਾਨੂੰ ਕੰਟੈਂਟ ਵਧੀਆ ਲੱਗ ਰਿਹਾ ਤਾਂ ਇੰਨਾ ਕੁ ਤਾਂ ਆਪਾਂ ਕਰ ਹੀ ਸਕਦੇ ਹਾਂ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਓ ਤਾਂ ਕਰਕੇ ਨੋਟੀਫਿਕੇਸ਼ਨ ਹੈ ਜਿਹੜਾ ਤੁਹਾਨੂੰ ਟਾਈਮਲੀ ਮਿਲਦਾ ਰਹੇ ਸੋ ਆਪਾਂ ਇਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਤੁਸੀਂ ਦੱਸੋ ਵੀ ਕਿਹੜੇ ਟਾਈਮ ਕਲਾਸ ਆਪਾਂ ਪਾਈ ਜਾਵੇ ਹੈਨਾ ਇਹ ਮੈਂਸ਼ਨ ਕਰਕੇ ਦੱਸ ਦਿਓ ਮੈਨੂੰ ਵੀ ਸ਼ਾਮ ਨੂੰ ਕਿਹੜੇ ਟਾਈਮ ਇਹ ਕਲਾਸ ਅਪਲੋਡ ਕੀਤੀ ਜਾਵੇ ਤੁਸੀਂ ਉਸ ਹਿਸਾਬ ਨਾਲ ਆਪਣਾ ਸ਼ਡਿਊਲ ਸੈੱਟ ਕਰ ਲਿਓ ਹੈਨਾ ਸੋ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਥੈਂਕ ਯੂ